ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਦੋਸਤ ਕਮਾਇਨੀ ਸ਼ਰਮਾ ਅਤੇ ਵੈਲਕਮ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਬਿਗੈਸਟ ਐਂਡ ਨੰਬਰ 1 ਚੈਟ ਸ਼ੋਅ ਦੇ ਵਿੱਚ। ਨਾਮ ਹੈ ਜਿਸ ਦਾ PTC ਸ਼ੋਕੇਸ। ਦੋਸਤੋ, ਸਿਰਫ 4 ਸਾਲ, ਬਹੁਤ ਘੱਟ ਗਾਣੇ ਅਤੇ ਬਹੁਤ ਹੀ ਵੱਡਾ ਨਾਮ, ਉਹ ਇਸ ਕਰਕੇ ਕਿਉਂਕਿ ਉਹਨਾਂ ਦੇ ਗਾਣੇ ਹੀ ਨੇ ਉਹਨਾਂ ਦੀ ਪਹਿਚਾਣ। ਉਹ ਐਨਰਜੈਟਿਕ ਆ, ਉਹ ਸਟਾਈਲਿਸ਼ ਆ ਅਤੇ ਟੈਲੈਂਟ ਦੀਆਂ ਤਾਂ ਕਿਆ ਹੀ ਬਾਤਾਂ ਨੇ। ਚਾਰਮਿੰਗ ਪਰਸਨੈਲਿਟੀ ਆ ਅਤੇ ਚਾਰਮਿੰਗ ਹੀ ਹੈ ਉਹਨਾਂ ਦਾ ਅੰਦਾਜ਼। ਮੈਂ ਗੱਲ ਕਰ ਰਹੀ ਹਾਂ ਵੈਰੀ ਚਾਰਮਿੰਗ, ਵੈਰੀ ਟੈਲੈਂਟਡ ਐਂਡ ਚੋਕਲੇਟੀ ਬੋਆਏ ਮਨਿੰਦਰ ਭੁੱਟਰ ਦੀ। ਸਤਿ ਸ਼੍ਰੀ ਅਕਾਲ ਮਨਿੰਦਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਧੰਨਵਾਦ ਜੀ ਤੁਹਾਡਾ। ਇੱਕ ਨਾਮ ਮਨਿੰਦਰ ਭੁੱਟਰ ਹੈ ਨਾ, ਔਰ ਨਾਲ ਕਿੰਨੀਆਂ ਸਾਰੀਆਂ ਕੁਆਲਿਟੀਜ਼, ਐਨਰਜੈਟਿਕ, ਟੈਲੈਂਟਡ ਐਂਡ ਸਟਾਈਲਿਸ਼ ਐਂਡ ਚਾਰਮਿੰਗ ਐਂਡ ਬਹੁਤ ਹੀ ਸਟ੍ਰੇਟ ਫਾਰਵਰਡ ਹੋ ਤੁਸੀਂ। ਹਾਂਜੀ ਹਾਂਜੀ, ਇੰਨੀ ਸਾਰੀ ਤਾਰੀਫ ਕਿੰਨੀ ਕੁ ਵਾਰ ਸੁਣ ਲਈ ਅੱਜ? ਦੂਸਰੀ ਵਾਰ ਸੁਣ ਰਿਹਾ ਤਾਰੀਫ ਅੱਜ ਦੇ ਦਿਨ 'ਚ ਤਾਂ। ਥੈਂਕ ਯੂ ਸੋ ਮਚ ਮੈਮ, ਤੁਸੀਂ ਬੜੀ ਤਾਰੀਫ ਕੀਤੀ ਆ, ਬੜੀਆਂ ਖੂਬੀਆਂ ਹੀ ਗਣਾਈਆਂ ਤੁਸੀਂ। ਬੜੇ ਐਪ ਵੀ ਹੋਣੇ ਮੇਰੇ 'ਚ, ਇਹੋ ਜਿਹੀ ਗੱਲ ਨਹੀਂ। ਲੇਜ਼ੀ ਵੀ ਹੈਗਾ ਮੈਂ ਥੋੜ੍ਹਾ ਜਿਹਾ। ਲੇਜ਼ੀ ਹੋ? ਲੇਜ਼ੀ ਮੈਂ ਥੋੜ੍ਹਾ ਜਿਹਾ ਹੈਗਾ ਜੀ। ਪੱਕੀ ਗੱਲ ਹੈ, ਤਾਂ ਹੀ 5 ਸਾਲ 'ਚ ਨੀਂਦ ਮੈਨੂੰ ਥੋੜ੍ਹੀ ਜਿਹੀ ਪਿਆਰੀ ਹੈਗੀ ਆ। ਇਹ ਵੀ ਹੋ ਸਕਦਾ ਕਿ ਮੈਂ ਲੇਟ ਸੌਂਦਾ ਕਦੇ ਕਦੇ, ਨੀਂਦ ਨੂੰ ਦੂਰ ਵੀ ਕਰ ਦੇਣਾ, ਪਰ ਜੇ ਸੌਂ ਜਾਂਦਾ ਮੈਂ ਬਹੁਤ ਸੌਂਦਾ। ਕਿਉਂ ਲੇਟ ਸੌਂਦੇ ਹੋ? ਮੈਂ ਕੰਮ ਹੀ ਸਾਡਾ ਗਾਉਣਾ ਵਜਾਉਣਾ, ਗਾਣੇ ਬਣਾਉਣਾ, ਬਸ ਉਹੀ। ਰਿਆਜ਼ ਕਰਦੇ ਹੋ? ਨਹੀਂ, ਰਿਆਜ਼ ਨਹੀਂ ਕਰਦਾ, ਸਟੂਡੀਓ ਟਾਈਮ ਜਦੋਂ ਆਪਾਂ ਲਿਖਦੇ ਹਾਂ ਜਾਂ ਆਪਾਂ ਕੰਪੋਜ਼ ਕਰਦੇ ਹਾਂ ਜਾਂ ਆਪਾਂ ਗਾਣੇ ਬਣਾਉਂਦੇ ਹਾਂ, ਉਹ ਟਾਈਮ ਸਟੂਡੀਓ ਰਾਤ ਨੂੰ, ਕਿਉਂਕਿ ਉਦੋਂ ਸ਼ਾਂਤੀ ਹੁੰਦੀ ਹੈ ਚਾਰੇ ਪਾਸੇ। ਅੱਛਾ ਮਨਿੰਦਰ, ਤਾਰੀਫ ਤਾਂ ਤੁਹਾਡੀ ਬਣਦੀ ਹੈ ਨਾ, ਬਹੁਤ ਹੀ ਘੱਟ ਸਾਲਾਂ ਦੇ ਵਿੱਚ ਘੱਟ ਗੀਤਾਂ ਦੇ ਨਾਲ ਤੁਸੀਂ ਬਹੁਤ ਨਾਮ ਕਮਾਇਆ। ਹਾਂਜੀ, ਪਹਿਲਾ ਗੀਤ ਤੁਹਾਡਾ? ਨਾ, ਮੇਰਾ ਪਹਿਲਾ ਗੀਤ ਸੀਗਾ ਜੀ ਨਾਰਾਂ ਤੇ ਸਰਕਾਰਾਂ। ਸੋ ਉਹਦੇ ਨਾਲ ਮੇਰਾ ਨਾਮ ਨਹੀਂ ਸੀ ਬਣਿਆ, ਮਤਲਬ ਲੋਕਾਂ ਨੂੰ ਗਾਣਾ ਪਤਾ ਸੀ ਪਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਕੌਣ ਆ ਮੁੰਡਾ ਹੈ ਨਾ। ਫਿਰ ਨਾਮ ਬਣਿਆ ਜੋ ਯਾਰੀ ਬੜੀ ਸੌਖੀ ਤੋੜ ਗਈ ਤੋਂ, ਅਸਲ ਜੋ ਨਾਮ ਬਣਿਆ ਉਹ ਸ਼ੈਰੀ ਬਾਈ ਕਰਕੇ ਬਣਿਆ। ਸੋ ਵੀਰੇ ਨੇ ਗਾਣਾ ਲਿਖਿਆ, ਸੋ ਵਧੀਆ ਗਿਆ। ਥੈਂਕ ਯੂ ਸੋ ਮਚ ਸ਼ੈਰੀ ਵੀਰੇ, ਆਲਵੇਜ਼। ਔਰ ਸ਼ੈਰੀ ਦੇ ਕਰਕੇ ਤਾਂ ਚਲੋ ਨਾਮ ਬਣ ਗਿਆ, ਗਾਣਾ ਹਿੱਟ ਹੋ ਗਿਆ ਹੈ ਨਾ। ਤੁਹਾਡਾ ਬਹੁਤ ਹੀ ਜਿਗਰੀ ਹੈ ਐਮੀ ਇੰਡਸਟਰੀ ਦੇ ਵਿੱਚ, ਕਿਉਂ? ਕਿਉਂਕਿ ਅਸੀਂ ਪੁਰਾਣੇ ਸ਼ੁਰੂਆਤਾਂ ਸਾਡੀਆਂ ਇਕੱਠੀਆਂ ਨੇ। ਅਸੀਂ 2014 'ਚ ਇੱਕਦਮ ਜਿਹਾ ਐਂਟਰੀ ਮਾਰੀ ਸੀ ਹੈ ਨਾ। ਅਸੀਂ ਉਦੋਂ ਦੇ ਹਾਂ ਕਿ ਮਤਲਬ ਜਦੋਂ ਸਾਡੀਆਂ ਜੇਬਾਂ 'ਚ 500-600 ਰੁਪਈਆ ਮਸਾ ਆਉਂਦਾ ਸੀ। ਸੋ ਐਮੀ ਬਹੁਤ ਵਧੀਆ ਕੰਮ ਕਰ ਰਿਹਾ ਹੁਣ, ਦੇਖੋ ਗਾਣੇ ਆ ਰਹੇ ਨੇ, ਮੂਵੀਜ਼ ਘੈਂਟ ਕੰਮ ਕਰ ਰਿਹਾ। ਸਾਡੇ ਸਭ ਤੋਂ ਵਧੀਆ ਹੈ ਨਾ, ਨਵੀਂ ਜਨਰੇਸ਼ਨ 'ਚੋਂ ਮੂਵੀ 'ਚੋਂ ਨਿਕਲ ਕੇ ਆਇਆ ਸਭ ਤੋਂ ਵਧੀਆ। ਸੋ ਬੜੀ ਖੁਸ਼ੀ ਹੁੰਦੀ ਹੈ ਐਮੀ ਦੇ ਨਾਮ 'ਤੇ। ਅੱਛਾ, ਗੁੱਡ ਲੁਕਿੰਗ ਹੋ ਤੁਸੀਂ। ਥੈਂਕ ਯੂ ਜੀ। ਤੁਸੀਂ ਆ ਪਾਈ ਹੋਈ ਆ ਨਾ? ਇਹ ਮੇਰੀ ਮੰਮਾ ਨੇ ਬਣਾਈ ਹੈ ਜੀ। ਅੱਛਾ, ਵਾਹ, ਦੋਨੋਂ ਕੰਨਾਂ 'ਚ ਨਹੀਂ ਹੈਗੀ? ਇਹ ਦੋਨਾਂ 'ਚ ਸੀਗੀ, ਪਰ ਸ਼ੂਟ ਦੇ ਟਾਈਮ ਨਾ ਜਦੋਂ ਆਪਾਂ ਕੱਪੜੇ ਚੇਂਜ ਕਰਦੇ ਹਾਂ, ਉਹ ਇਹਦਾ ਲੌਕ ਨਹੀਂ ਸੀਗਾ ਅਤੇ ਅੰਦਰ ਕੰਨ 'ਚ ਅੰਦਰ ਖੁੱਭ ਗਈ ਸੀ। ਫਿਰ ਬੜੀ ਇਹਨੂੰ ਤਾਂ ਕਰਕੇ ਮੈਂ ਕਿਹਾ 1 ਵੀਕ ਉਤਾਰ ਦਿੰਦੇ ਹਾਂ। ਅੱਛਾ, ਰਾਂਝੇ ਨੇ ਹੀਰ ਪਿੱਛੇ ਕੰਨ ਪੜਵਾਏ ਸੀ ਤੇ ਮਨਿੰਦਰ ਨੇ ਕਿਹਦੇ ਪਿੱਛੇ ਪੜਵਾਏ? ਕਿਸੇ ਪਿੱਛੇ ਨਹੀਂ ਪੜਵਾਏ, ਬੜੇ ਛੋਟੇ ਹੁੰਦੇ ਸ਼ੌਂਕ ਸੀਗਾ ਕਿ ਕੰਨ ਬਣਾਉਣ ਦਾ ਹੈ ਨਾ, ਤੇ ਪਰ ਕਦੇ ਡਰ ਜਾ ਵੀ ਬਹੁਤ ਲੱਗਦਾ ਸੀ ਨਹੀਂ ਬਣਾਇਆ ਕਰੇ, ਕਿਉਂਕਿ ਪਹਿਲਾਂ ਤਾਂ ਨਾ ਤੀਲੀ ਜਿੰਨਾ ਬੰਨ ਦਿੰਦੇ ਸੀ ਹੈ ਨਾ, ਇੱਦਾਂ ਕਰਕੇ ਬਹੁਤ ਪੇਨਫੁਲ ਸੀ। ਸੋ ਇਸ ਵਾਰ ਬਣਾਏ ਨੇ ਜਾ ਕੇ, ਮਸ਼ੀਨ ਗੰਜ ਹੀ ਆ ਗਈ ਅੱਜ ਕੱਲ੍ਹ। ਕਿੱਥੋਂ ਕਿੱਥੋਂ? ਇਹ ਕੈਨੇਡਾ ਤੋਂ ਬਣਾਏ ਨੇ। ਅੱਛਾ, ਕੰਨ ਬਣਵਾਉਣ ਤੁਸੀਂ ਕੈਨੇਡਾ ਗਏ ਸੀ? ਮੈਂ ਕੈਨੇਡਾ ਗਿਆ ਹੋਇਆ ਸੀ, ਉੱਥੇ ਡਰ ਖੁੱਲ ਗਿਆ, ਸਾਹਮਣੇ ਆ ਕੇ ਦੇਖਿਆ ਵੀ ਅੱਜ ਕੱਲ੍ਹ ਮਸ਼ੀਨ ਗੰਨ, ਪਰ ਉੱਥੇ ਮੈਂ ਬਹੁਤ ਡਰਿਆ ਸੀ। ਇਹਦੀ ਸਟੋਰੀ ਆ ਇੱਦਾਂ ਕਿ ਜਦੋਂ ਆਪਾਂ ਮਸ਼ੀਨ ਗੰਨ ਕੰਨ ਬਹਿੰਦੇ ਹਾਂ ਨਾ, ਉਹ 1 ਸੈਕਿੰਡ ਹੀ ਲੱਗਦਾ, ਪਰ ਮੈਨੂੰ ਆਇਆ ਸੀ ਜਦੋਂ ਉਹਨੇ 1 ਬੰਨਣਾ ਉਦੋਂ ਨੂੰ ਦੂਜੇ 'ਤੇ ਟਾਈਮ ਲੱਗ ਜਾਣਾ। ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਦੋਨੇ ਇਕੱਠੀਆਂ ਖੜ ਜਾਓ ਕੁੜੀ ਹੋ ਵੀ, ਇੱਦਾਂ ਕਰਕੇ ਇੱਕਦਮ ਕਰ ਦਿਓ। ਅੱਛਾ, ਲੁੱਕਸ ਬਹੁਤ ਮੈਟਰ ਕਰਦੀਆਂ ਸਾਡੀ ਇੰਡਸਟਰੀ ਵਿੱਚ, ਬਹੁਤ ਮੈਟਰ ਕਰਦੀਆਂ। ਕਿੰਨਾ ਕੁ ਤੁਹਾਨੂੰ ਵੱਖਰੇ ਐਫਰਟਸ ਲਗਾਉਣੇ ਪੈਂਦੇ ਆ ਮਨਿੰਦਰ ਲੁੱਕਸ 'ਤੇ? ਇੱਦਾਂ ਦੀ ਵੀ ਕੋਈ ਗੱਲ ਨਹੀਂ ਕਿ ਫੇਸ ਪੈਕ ਲਾ ਕੇ ਬੈਠੇ ਰਹਿੰਦੇ ਹਾਂ, ਅਸੀਂ ਇਹੋ ਜਿਹਾ ਕੁਛ ਨਹੀਂ ਕਰਦੇ ਕਿਉਂਕਿ ਅਸੀਂ ਵਧੀਆ ਜੱਟਾਂ ਦੇ ਪੇਂਡੂ ਮੁੰਡੇ ਹਾਂ, ਪਰ ਲੁੱਕਸ 'ਤੇ ਮੈਮ ਇਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਫਿੱਟ ਰੱਖੋ, ਲੁੱਕਸ ਆਪੇ ਨਿਕਲ ਕੇ ਆਉਂਦੀਆਂ। ਜੇ ਤੁਸੀਂ ਜਿਮ ਕਰ ਰਹੇ ਹੋ, ਚੰਗਾ ਖਾ ਰਹੇ ਹੋ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਇਹ ਤਾਂ ਹੈ, ਕਿਉਂਕਿ ਗਾਣੇ ਤੁਹਾਡੇ ਘੱਟ ਨੇ ਪਰ ਬਹੁਤ ਜ਼ਿਆਦਾ ਵਧੀਆ ਨੇ। ਹੁਣ ਨਹੀਂ ਘੱਟ ਆਉਣਗੇ, ਮੈਂ ਪਹਿਲਾਂ ਬੈਕ ਟੂ ਬੈਕ ਬੈਕ ਟੂ ਬੈਕ ਹੁਣ, ਹਾਂ, ਕਿਉਂਕਿ ਪਹਿਲਾਂ ਆਲਵੇਜ਼ ਸਾਲ ਇੱਕ ਗੈਪ ਪੈ ਜਾਂਦੀ ਸੀ, ਉਹੀ ਲੇਜ਼ੀਨੈਸ ਹੈ ਮੇਰੀ। ਹਾਲਾਂਕਿ ਕੋਈ ਇਹ ਨਹੀਂ ਕਿ ਹਰ ਕੰਪਨੀ ਪੈਸਾ ਮਿਲਦਾ ਸੀ, ਉਹੀ ਦੱਸਦਾ ਹੁੰਦਾ ਮੈਂ ਕਦੇ ਕਦੇ ਕਿ ਮੇਰੀ ਪਹਿਲੀ ਵੀਡੀਓ 1 ਲੱਖ ਕੁਛ ਦੀ ਸੀਗੀ, ਯਾਰੀ ਬੜੀ ਸੌਖੀ ਤੋੜ ਗਈ, 1.25 ਲੱਖ ਦੀ ਇੰਨੀ ਦੀ ਵੀਡੀਓ ਸੀ, 11 ਮਿੱਤਰਾਂ ਤੋਂ ਪੈਸੇ ਲੈਤੇ, ਬਾਹਰੋਂ ਮੰਗਾਏ, ਕਰਤੇ, ਗਾਣਾ ਕਰਤਾ। ਉਹ ਤੋਂ ਨੈਕਸਟ ਵੀਡੀਓ ਮੇਰੀ 15-16 ਲੱਖ ਦੀ ਸੀ, ਮਤਲਬ ਵਧੀਆ, ਕਿਉਂਕਿ ਨਾਮ ਹੋਈ ਗਿਆ, ਪੈਸੇ ਮਿਲੀ ਗਏ, ਪਰ ਫਿਰ ਵੀ ਲੇਟ ਸੀਗਾ, ਪਤਾ ਨਹੀਂ ਕਿਉਂ ਲੇਟ ਹਾਂ ਮੈਂ। ਪਰ ਹੁਣ ਮੈਨੂੰ ਬੜੀ ਐਨਰਜੀ ਨਾਲ ਕੰਮ ਹੋ ਰਿਹਾ ਸਾਰਾ, ਬੈਕ ਟੂ ਬੈਕ ਗਾਣੇ ਆ ਰਹੇ ਆ, ਵਾਈਟਲ ਨਾਲ ਕੰਮ ਕਰ ਰਹੇ ਹਾਂ, ਵਧੀਆ ਖੁਸ਼ੀ ਹੁੰਦੀ ਆ। ਪਹਿਲਾ ਗਾਣਾ ਜਦੋਂ ਹੁਣ ਗੱਲ ਹੋਈ ਹੈ ਤੇ ਮੈਨੂੰ ਲੱਗਦਾ ਕਿ
ਵਿੰਟਰ ਵਿਦ ਦੀ ਸਟਾਰਟਿੰਗ ਤੇ ਸੁਣ ਲੈਣੇ ਆ। ਯਾਰੀ ਬੜੀ ਸੌਖੀ ਤੋੜ ਗਈ, ਪਾਵੇਂ ਸਾਥੋਂ ਮੁੱਖ ਬੋੜ ਗਈ, ਹਾਏ ਯਾਰੀ ਬੜੀ ਸੌਖੀ ਤੋੜ ਗਈ। ਅੱਛਾ, ਲੋਕੀ ਨਾ ਰਿਲੇਟ ਕਰਨ ਲੱਗ ਪਏ ਸੀਗੇ ਮਨਿੰਦਰ, ਕਿ ਪਤਾ ਨਹੀਂ ਕਿਉਂਕਿ ਤੁਸੀਂ ਨਵੇਂ ਸੀਗੇ, ਕੁਝ ਜਾਣਦੇ ਨਹੀਂ ਸੀ ਲੋਕੀ, ਕਹਿੰਦੇ ਵੀ ਇੰਨਾ ਫੀਲ ਨਾਲ ਇੰਨਾ ਸੋਹਣਾ ਗਾਣਾ ਗਾਇਆ, ਪੱਕਾ ਰੀਅਲ ਲਾਈਫ ਨਾਲ ਰਿਲੇਟ ਕਰਦਾ, ਪੱਕੀ ਗੱਲ ਹੈ? ਉਹ ਰਿਲੇਟ ਕਰਦਾ ਸੀ ਮੈਮ ਕਿਤਨਾ ਕਿਤੇ। ਅੱਛਾ, ਹਾਂਜੀ, ਨਹੀਂ ਕਿਤਨਾ ਕਿਤੇ ਕਿ ਉਹ ਕਰਦਾ ਸੀਗਾ, ਕਿ ਉਦੋਂ ਕੁਛ ਬਣਿਆ ਨਹੀਂ ਸੀ, ਨਾਮ ਕੋਈ ਨਾਮ ਨਹੀਂ ਸੀ, ਕੋਈ ਇੱਦਾਂ ਵੱਡਾ ਨਾਮ ਨਹੀਂ ਸੀਗਾ। ਸ਼ਹਿਰੀ ਬਰੇਨਾ ਮੈਂ ਰਹਿੰਦਾ ਹੁੰਦਾ ਸੀ, ਉਹ ਸਾਲ ਡੇਢ ਸਾਲ ਬਹੁਤ ਕੁਛ ਸਿੱਖਣ ਨੂੰ ਮਿਲਿਆ ਉਹਨਾਂ ਤੋਂ, ਜਿਵੇਂ ਆਪਾਂ ਇਕੱਠੇ ਬਹਿੰਦੇ ਹੁੰਦੇ ਸੀ, ਘਰੇ ਰਹੇ ਹਾਂ, ਸੋ ਉਦੋਂ ਬ੍ਰੇਕਅਪ ਹੋਣਾ, ਕਿਸੇ 21-22 ਸਾਲਾਂ 'ਚ ਨਾ ਬੰਦਾ ਛੇਤੀ ਸੀਰੀਅਸ ਲੈ ਜਾਂਦਾ ਗੱਲਾਂ, ਹੈ ਨਾ। ਸੋ ਮੈਂ ਰੋ ਰਿਹਾ ਸੀਗਾ, ਮੇਰੇ ਹਜੇ ਵੀ ਯਾਦ ਆ, ਬਾਈ ਨੇ ਮੈਨੂੰ ਟੌਂਟ ਜਾਂ ਨਹੀਂ, ਆਪਾਂ ਇੱਕ ਦੂਜੇ ਨੂੰ ਮਾਰ ਦਿੰਦੇ, ਯਾਰੀ ਬੜੀ ਸੌਖੀ ਤੋੜ ਗਈ, ਅਜੇ ਕਰਕੇ ਕਿਹਾ ਵੀਰੇ ਨੇ। ਅਤੇ ਮੇਰੇ ਯਾਦ ਆ, ਇੱਦਾਂ ਹੀ ਸੋਫੇ 'ਤੇ ਬਾਈ ਬੈਠਾ, ਬਾਈ ਕਹਿੰਦਾ ਆਹ ਗਾਣਾ ਕਰੀਏ ਤੇਰਾ ਹੋਏ, ਮੈਂ ਕਿਹਾ ਬਾਈ ਕਰ ਲੈਂਦੇ ਹਾਂ, ਇੱਦਾਂ ਹੀ ਬਾਈ ਬੈਠਾ ਲਿਖ ਰਿਹਾ, ਬਾਈ ਬੈਠਾ ਗਾ ਰਿਹਾ, ਕੰਪੋਜ਼ ਕਰ ਰਿਹਾ, ਮੈਂ ਥੱਲੇ ਬੈਠਾ ਇੱਦਾਂ ਲਿਖ ਰਿਹਾ ਸੀ। ਮੇਰੇ ਯਾਦ ਆ ਅਜੇ ਵੀ, ਉਹ ਪਿਆ ਮੇਰੇ ਕੋਲ ਅਜੇ ਪੇਜ ਘਰੇ, ਪੂਰਾ ਗਾਣਾ ਬਾਈ ਨੇ ਇੱਕ ਦਿਨ 'ਚ ਗਾਇਆ ਅਤੇ ਮੈਂ ਥੱਲੇ ਬੈਠਾ ਲਿਖੀ ਗਿਆ। ਉਹ ਰਾਤ ਨੂੰ ਬਾਈ ਨੇ ਗਾਣਾ ਦੇਤਾ, ਗਾਣਾ ਲਿਖ ਲਈ ਬਣਾਇਆ, ਸਭ ਸਾਰੇ ਮਿਊਜ਼ਿਕ ਡਾਇਰੈਕਟਰਾਂ ਨਾਲ ਬਣਾਇਆ, ਕਿਸੇ ਦਾ ਪਸੰਦ ਨਹੀਂ ਆਇਆ, ਕਿਉਂਕਿ ਸਾਰੇ ਕਹਿੰਦੇ ਸੀ ਤੇਰੇ 'ਚ ਸ਼ਾਇਰੀ ਦੀ ਟੋਨ ਆਈ ਜਾਂਦੀ ਆ। ਐਟ ਦੀ ਐਂਡ ਮਿਊਜ਼ੀਕਲ ਡਾਕਟਰਸ ਨੇ ਵਧੀਆ ਕੰਮ ਕੀਤਾ, ਮਿਊਜ਼ਿਕ ਬਣਿਆ, ਵੀਡੀਓ ਅਰਵਿੰਦਰ ਖਹਿਰਾ, ਨਵਜੀਤ ਬੁੱਟਰ ਨੇ ਵੀਡੀਓ ਕੀਤੀ, ਕਲਿੱਕ ਕਰ ਗਿਆ ਥੋੜ੍ਹਾ ਜਿਹਾ ਗਾਣਾ। ਅੱਛਾ ਮਨਿੰਦਰ, ਸੱਚੇ ਸੱਚ ਦੱਸਿਓ, ਕਿੰਨੇ ਕੁ ਬ੍ਰੇਕਅਪ ਹੋਏ ਨੇ? ਛੋਟੇ ਹੁੰਦਿਆਂ ਦੇ ਹੁੰਦੇ ਆ, ਉਹ ਤਾਂ ਉੱਦਾਂ ਹੀ ਹੋ ਜਾਂਦੇ ਆ, ਮਤਲਬ ਕਹਿੰਦਾ ਮਤਲਬ ਕਿਸੇ ਨਾਲ ਕੋਈ ਗੱਲ ਵੀ ਨਹੀਂ ਹੁੰਦੀ, ਉੱਦਾਂ ਹੀ ਗੱਲ ਦਿਲ 'ਤੇ ਲੈ ਜਾਂਦੇ ਆਪਾਂ। ਮਤਲਬ ਮੈਂ ਕਦੇ ਕਿਸੇ ਕੁੜੀ ਤੋਂ ਪੁੱਛਿਆ ਵੀ ਨਹੀਂ ਸੀ ਪਹਿਲਾਂ, ਉੱਦਾਂ ਹੀ ਸੀਰੀਅਸ ਲੈ ਜਾਂਦਾ ਸੀ, ਅੱਛਾ ਯਾਰ ਵੀ ਐਂ ਹੋ ਗਿਆ। ਪਰ ਉਦੋਂ ਬਾਅਦ 'ਚ ਇੱਕੋ ਹੀ ਹੋਇਆ, ਮੁੜ ਕੇ ਕਦੇ ਹੋਇਆ ਨਹੀਂ ਮੈਮ। ਅੱਛਾ, ਜਿਹੜਾ ਉਹ ਇੱਕੋ ਹੋਇਆ, ਉਹ ਤੋਂ ਬਾਅਦ ਇਹ ਗਾਣਾ ਆਇਆ? ਉਹ ਤੋਂ ਬਾਅਦ ਇਹ ਗਾਣਾ ਆ ਗਿਆ, ਯਾਰੀ ਬੜੀ ਸੌਖੀ ਤੋੜ ਗਈ, ਫਿਰ ਨਹੀਂ ਕਦੇ ਹੋਇਆ। ਦਿਲ ਟੁੱਟੇ ਵੀ ਬਹੁਤ ਨੇ, ਜੁੜੇ ਵੀ ਬਹੁਤ ਨੇ। ਉਹ ਵਧੀਆ ਗੱਲ ਹੋਈ ਕਿ ਦਿਲ ਟੁੱਟਿਆ ਸ਼ਾਇਦ, ਜੇ ਉਹ ਨਾ ਮੈਂ ਉਸ ਟਾਈਮ, ਉਹ ਸਿਚੁਏਸ਼ਨ ਦੇਖੋ ਰੱਬ ਨੇ ਕਿੰਨੀ ਵਧੀਆ ਬਣਾਈ, ਜੇ ਉਸ ਟਾਈਮ ਮੈਂ ਨਾ ਰੋਂਦਾ ਹੁੰਦਾ, ਸ਼ਾਇਦ ਬਾਈ ਨੇ ਕੋਈ ਟੌਂਟ ਨਹੀਂ ਸੀ ਮਾਰਨਾ, ਉੱਦਾਂ ਹੀ ਹੱਸਦੇ ਤੇ ਖੇਡਦੇ, ਗਾਣਾ ਹੀ ਨਹੀਂ ਸੀ ਬਣਨਾ ਮੈਂ। ਲੱਕੀਲੀ ਜੋ ਹੁੰਦਾ ਬਾਬਾ ਜੀ, ਚੰਗਾ ਗੱਲ ਆ। ਅੱਛਾ ਮਨਿੰਦਰ, ਯਾਰੀ ਟੁੱਟੀ ਲੇਕਿਨ ਮਨਿੰਦਰ ਦਾ ਨਾਮ ਬਣ ਗਿਆ, ਹੈ ਨਾ, ਸਟਾਰ ਬਣ ਚੁੱਕੇ ਅੱਜ ਤੁਸੀਂ ਇੰਡਸਟਰੀ ਵਿੱਚ, ਸਟਾਰ ਫੀਲਿੰਗ ਆਉਂਦੀ ਵੀ ਹੈ? ਆਪਾਂ ਪੰਜਾਬੀ ਹਾਂ, ਆਪਣੇ ਘਰੇ ਬੈਠੇ ਹਾਂ, ਹਾਂ ਪੰਜਾਬੀ ਹਾਂ ਆਪਾਂ, ਫਿਰ ਵੀ ਬਹੁਤ ਸਟਰਗਲ ਹੁੰਦੀ ਆ ਆਹ ਲੈਵਲ 'ਤੇ ਆਉਣ ਲਈ, ਵੀ ਬਹੁਤ ਮਿਹਨਤ ਲੱਗਦੀ ਹੈ, ਮੈਂ ਨਹੀਂ ਕਹਿੰਦਾ ਕਿ ਬੜੇ ਆਸਾਨ ਨਾਲ ਕੰਮ ਹੋ ਜਾਂਦਾ, ਪਰ ਮੈਂ ਕਦੇ ਇਹੋ ਜਿਹੀ ਫੀਲ ਨਹੀਂ ਲੈਤੀ ਕਿ ਯਾਰ ਬਹੁਤ ਵੱਡੇ ਹੋ ਗਏ। ਮੈਨੂੰ ਜਦੋਂ ਕੋਈ ਕਹਿੰਦਾ ਵੀ ਹੁੰਦਾ ਨਾ ਵੀ ਤੁਸੀਂ ਲੱਖਾਂ ਦਿਲਾਂ ਦੀ ਧੜਕਣ, ਮੈਨੂੰ ਐਂ ਲੱਗਦਾ ਕਿ ਯਾਰ ਨੋਰਮਲ ਚੀਜ਼ ਕਹੀ ਜਾਂਦੇ ਆ, ਵੀ ਮੈਂ ਇੰਨਾ ਹਜੇ ਸੱਚੀ ਨਹੀਂ ਹੈਗਾ, ਸੱਚੀ ਇੱਦਾਂ ਲੱਗਦਾ ਹੁੰਦਾ ਕਿ ਮੈਂ ਹਜੇ ਆਪਣੀ ਕਮਿਊਨਿਟੀ ਨੂੰ ਜਦੋਂ ਮੈਂ ਬਾਹਰ ਲੈ ਕੇ ਜਾਵਾਂ, ਕਿਤੇ ਆਊਟ ਆਫ ਆਪਣੇ ਪੰਜਾਬ ਤੋਂ ਬਾਹਰ ਜਾ ਕੇ ਬੰਬੇ ਬੁੰਬੇ ਜਾ ਕੇ ਖੜ੍ਹ ਕੇ ਆਪਾਂ ਗਾਈਏ ਗਾਣੇ, ਉਦੋਂ ਫੀਲ ਆਉਂਦੀ ਹੈ ਮੈਮ ਕਿ ਤੁਸੀਂ ਆਪਣੀ ਕਮਿਊਨਿਟੀ ਲਈ ਕੁਛ ਕੀਤਾ। ਪੰਜਾਬ ਤਾਂ ਆਪਣਾ ਘਰ ਆ, ਇੱਥੇ ਤੁਸੀਂ ਚੱਲ ਲੱਗੇ ਹੋ, ਬਹੁਤ ਖੁਸ਼ੀ ਵਾਲੀ ਗੱਲ ਆ, ਬਹੁਤ ਮਿਹਨਤ ਲੱਗੀ ਆ, ਚਲੋ ਆਪਾਂ ਮੰਨਦੇ ਹਾਂ, ਪਰ ਇਹਨੂੰ ਲੈ ਕੇ ਕਦੇ ਈਗੋ ਨਹੀਂ ਹੋਣੀ ਚਾਹੀਦੀ ਬੰਦੇ 'ਚ। ਹੁਣ ਤੇ ਬਹੁਤ ਜ਼ਿਆਦਾ ਟ੍ਰੈਂਡ ਸੈੱਟ ਹੋ ਚੁੱਕਿਆ ਸ਼ੋਜ਼ ਦਾ ਨਾ, ਪਰ ਤੁਸੀਂ ਇੱਥੇ ਬਹੁਤ ਘੱਟ ਸ਼ੋਅ ਕਰਦੇ ਹੋ, ਤੁਹਾਡੇ ਅਬਰੋਡ ਦੇ ਸ਼ੋਅ ਪੰਜਾਬ 'ਚ ਬਹੁਤ ਘੱਟ ਕੀਤੇ ਮੈਂ, ਪਹਿਲਾਂ ਬਹੁਤ ਕੀਤੇ ਆ, ਜਦੋਂ ਆਪਾਂ ਨਵੇਂ ਨਵੇਂ ਹਿੱਟ ਹੋਏ ਨਾ, ਹਰ ਚੀਜ਼ ਵਧੀਆ ਲੱਗਦੀ ਸੀ। ਪਹਿਲਾ ਸ਼ੋਅ ਸੀਗਾ ਯੂਨੀਵਰਸਿਟੀ ਕਰਕੇ, ਤੇ ਜਿਹੜੀ ਮੇਰੀ ਪਹਿਲੀ ਜਿਹੜੀ ਕਮਾਈ ਸੀ, ਮੈਂ ਉਹ ਵੀ ਇੱਦਾਂ ਲੈ ਕੇ, ਮੈਂ ਬਾਈ ਤੇਰੇ ਕਰਕੇ ਬਣਿਆ ਵੀ ਤੇਰੇ ਲਈ ਆ। ਸੋ ਬਾਈ ਐਡਾ ਹੀ ਘੈਂਟ ਦਿੱਲਾ, ਬਾਈ ਕਹਿੰਦਾ ਯਾਰ ਆਪਣੀ ਬੇਬੇ ਕੋਲ ਲੈ ਕੇ ਜਾ ਸਾਰੇ ਰੁਪਈਏ, ਮੰਮੀ ਨੂੰ ਦਿੱਤੇ ਸੀ। ਅੱਛਾ, ਜਦੋਂ ਵੀ ਕਿਸੇ ਦੀ ਫੈਮਿਲੀ ਵੇਖਣੀ ਹੁੰਦੀ ਹੈ, ਕਿਸੇ ਦੀ ਪਰਸਨਲ ਲਾਈਫ ਦੇ ਬਾਰੇ ਰਿਸਰਚ ਕਰਨੀ ਹੁੰਦੀ, ਆਪਾਂ ਗੂਗਲ ਤੇ ਜਾਂਦੇ ਹਾਂ। ਮਨਿੰਦਰ, ਤੁਸੀਂ ਕਦੇ ਵੀ ਆਪਣੀ ਫੈਮਿਲੀ ਨੂੰ ਸੋਸ਼ਲੀ, ਯੂ ਨੋ, ਕਦੀ ਨਹੀਂ ਦੇਖਿਆ ਅਸੀਂ ਤੁਹਾਡੇ ਮੋਮ ਕਿਵੇਂ ਦੇ ਦਿਖਦੇ ਆ, ਤੁਹਾਡੀ ਸਿਸਟਰ? ਸਹੀ ਗੱਲ ਆ, ਵਾਈ ਪਤਾ ਨਹੀਂ, ਮੇਰਾ ਨੇਚਰ ਗਲਤ ਹੋ ਸਕਦਾ, ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਇੱਕ, ਮੈਂ ਆਰਟਿਸਟ ਬਣ ਗਿਆ, ਗਾਣੇ ਆ ਰਹੇ ਆ, ਤੁਹਾਨੂੰ ਚਾਹਣ ਵਾਲੇ ਬਹੁਤ ਬਣਦੇ ਆ, ਤੁਹਾਨੂੰ ਤੁਹਾਡੇ ਹੇਟਰ ਵੀ ਬਣਦੇ ਨੇ ਜੀ, ਆਲਵੇਜ਼। ਇਹ ਨਹੀਂ ਹੋ ਸਕਦਾ ਕਿ ਸਿਰਫ ਤੁਹਾਡੇ ਚਾਹਣ ਵਾਲੇ ਨੇ, ਤੁਹਾਡੇ ਹੇਟਰ ਵੀ ਬਣਦੇ ਨੇ। ਫੈਮਿਲੀ ਸਿਰਫ ਮੇਰੇ ਮੰਮੀ ਪਾਪਾ ਮੇਰੇ ਲਈ ਨੇ, ਮੈਂ ਇੱਕ ਜਸ ਉਹਨਾਂ ਨੂੰ ਇਹ ਕਿ ਦਿਖਾਉਣ ਲਈ ਕਿ ਅੱਜ ਮੈਂ ਪਿੰਡ ਆਇਆ ਜਾਂ ਫਲਾਨੀ ਜਗ੍ਹਾ ਆ, ਐਂਡ ਸਿਸਟਰ ਮੇਰੀਆਂ ਮੈਰਿਡ ਨੇ, ਉਹ ਖੁਸ਼ ਨੇ ਆਪਣੇ ਘਰੇ, ਕਿ ਇਨ ਫਿਊਚਰ ਕੋਈ ਇੱਦਾਂ ਦੀ ਗੱਲ ਹੋਵੇ ਕਿ ਉਹਨਾਂ 'ਤੇ ਕੋਈ ਗੱਲ ਆਵੇ, ਉਹਨੂੰ ਚੰਗੇ ਮੇਰੇ ਇਕੱਲੇ 'ਤੇ ਆਵੇ, ਮੈਂ ਖੁਸ਼ ਹੋਊਂਗਾ, ਕਿਉਂਕਿ ਮੇਰਾ ਕਿੱਤਾ ਆ, ਮੇਰੇ 'ਤੇ ਗੱਲ ਆਈ ਆ, ਮੈਂ ਖੁਸ਼ ਹਾਂ। ਸੋ ਮੇਰੇ ਮੋਮ ਡੈਡ ਮੇਰੀਆਂ ਭੈਣਾਂ, ਉਹਨਾਂ ਦੀ ਅਲੱਗ ਜ਼ਿੰਦਗੀ ਆ, ਉਹਨਾਂ ਨੂੰ ਮੈਂ ਕਦੇ ਵਿੱਚ ਨਹੀਂ ਲੈ ਕੇ ਆਇਆ ਆਪਣੀ ਲਾਈਫ ਦੇ, ਹੈ ਨਾ, ਜਾਂ ਮੇਰੇ ਕੰਮ ਦੇ ਅੰਦਰ ਕਦੇ। ਹਾਲਾਂ ਮੇਰੀ ਇੱਕ ਆਈਡੀ ਆ ਜੋ ਕਿਸੇ ਨੂੰ ਨਹੀਂ ਪਤਾ ਹੋਣੀ, ਉਹ 'ਚ ਮੇਰੇ 15-20 ਰਿਸ਼ਤੇਦਾਰ ਨੇ, ਉਹ 'ਤੇ ਮੇਰੇ ਡੈਡੀ ਦੀ ਫੋਟੋ ਹੋਊਗੀ, ਮੇਰੀ ਮੰਮੀ ਦੀ ਵੀ ਹੋਊਗੀ, ਸੋ ਕਿਸੇ ਨੂੰ ਪਤਾ ਹੀ ਨਹੀਂ ਹੈਗੀ ਉਹ ਆਈਡੀ, ਪਰ ਕਦੇ ਮੈਂ ਇਹਦਾ ਸੋਸ਼ਲੀ ਕਦੇ ਨਹੀਂ ਪਾਉਂਦਾ। ਅੱਛਾ ਮਨਿੰਦਰ, ਜਦੋਂ ਤੁਸੀਂ ਸਟਾਰ ਬਣੇ ਨਹੀਂ ਸੀ, ਹੈ ਨਾ, ਤੁਹਾਡਾ ਡਿਸੀਜਨ ਸੀ ਕਿ ਮੈਂ ਸਿੰਗਿੰਗ ਕਰਨੀ ਹੈ, ਘਰਦਿਆਂ ਦੀ ਪੂਰੀ ਸਪੋਰਟ ਸੀ, ਕਦੀ ਕਿਸੇ ਨੇ ਨਹੀਂ ਕਿਹਾ ਕਿ ਨਹੀਂ ਮਨਿੰਦਰ ਸੈਕਿੰਡ ਪ੍ਰਾਇਓਰਿਟੀ ਰੱਖ ਲੈ, ਬਟ ਆਪਣਾ ਕਰੀਅਰ ਬਣਾ ਲਾ ਪਹਿਲਾਂ? ਮੈਂ ਜੀ 10 ਪਾਸ
11ਵੀਂ 12ਵੀਂ ਕੀਤੀ ਸੀ ਪਰ ਹੋਈ ਨਹੀਂ। ਓਕੇ ਹਾਂ ਕੀਤੀ ਜ਼ਰੂਰ ਸੀ ਪਰ ਹੋਈ ਹੋਣੀ ਉਹ। ਹਾਂ ਛੋਟੇ ਹੁੰਦੇ ਨੇ ਮੇਰੇ ਯਾਦ ਆ ਮੰਮੀ ਟੀਚਰ ਨੇ, ਮੈਂ 5-6 ਸਾਲ ਦਾ ਸੀ ਜਦੋਂ ਪਹਿਲੀ ਵਾਰ ਗਾਣਾ ਗਾਇਆ ਸੀ, ਮੰਮੀ ਦੇ ਸਕੂਲ 'ਚ ਹੀ ਗਾਇਆ ਸੀ ਅਤੇ ਮੈਂ ਉਦੋਂ ਬਾਅਦ 'ਚੋਂ ਕਹਿ ਤਾ ਸੀ ਘਰੇ, ਸਭ ਨੂੰ ਪਤਾ ਸੀ ਸਾਡੇ ਰਿਸ਼ਤੇਦਾਰ ਲਈ ਜਿੱਥੇ ਵਿਆਹ ਹੁੰਦਾ ਮੈਂ ਹੀ ਗਾਉਂਦਾ ਹੁੰਦਾ ਸੀ। ਮੇਰਾ ਇੱਕੋ ਸੁਪਨਾ ਸੀ ਕਿ ਮੈਂ ਗਾਉਣਾ ਆ, ਹਾਲਾਂਕਿ ਉਦੋਂ ਇਸ ਕਰੀਅਰ 'ਚ ਇੰਨਾ ਪੈਸਾ ਨਹੀਂ ਸੀਗਾ ਮੈਨੂੰ ਲੱਗਦਾ ਉਦੋਂ, ਨਾ ਹੀ ਇੰਨੇ ਵੱਡਾ ਇੰਟਰਨੈਟ, ਹੁਣ ਆਪਣੇ ਕੋਲ ਫੈਨਸ ਨੇ, ਲਾਈਕਾਂ ਆਉਂਦੀਆਂ, ਕਮੈਂਟਾਂ ਆਉਂਦੀਆਂ, ਕਿੰਨਾ ਕੁਛ ਹੁੰਦਾ ਨਾ, ਕਿੰਨਾ ਕੁਛ ਮਿਲ ਗਿਆ। ਮਤਲਬ ਮੈਂ ਉਦੋਂ ਸੋਚਿਆ ਸੀ ਜਦੋਂ ਆਹ ਕੁਛ ਨਹੀਂ ਸੀਗਾ, ਇਹ ਨਹੀਂ ਕਿ ਮੈਂ ਹੁਣ ਸੋਚ ਲਿਆ ਯਾਰ ਅੱਛਾ ਫੈਨ ਵੀ ਹੋ ਜਾਂਦੇ ਲੋਕ, ਕੁੜੀਆਂ ਵੀ ਭੈਣ ਹੁੰਦੀਆਂ, ਚਲੋ ਜੀ ਕਲਾਕਾਰ ਬਣ ਜਾਂਦੇ ਆ, ਇੱਦਾਂ ਦਾ ਕੁਛ ਨਹੀਂ ਹੈਗਾ। ਮਤਲਬ ਮੈਂ 5-6 ਸਾਲ ਦੀ ਉਮਰ 'ਚ ਸਿਰਫ ਇੱਕ ਚੀਜ਼ ਮੇਰੇ ਦਿਮਾਗ ਸੀਗੀ ਕਿ ਕਲਾਕਾਰ ਬਣਨਾ, ਦੈਟਸ ਇਟ, ਹੋਰ ਤਾਂ ਕੁਛ ਬਣ ਹੀ ਨਹੀਂ ਸਕਦਾ। ਮੈਂ ਬੱਬਰ ਰਾਏ ਵੀਰੇ ਨੂੰ ਬੜਾ ਫੋਲੋ ਕਰਦਾ ਹੁੰਦਾ ਸੀ ਉਦੋਂ, ਬਾਈ ਦੇ ਗਾਣੇ ਕਿੰਨੇ ਹਿੱਟ ਹੋਏ ਸੀ ਯੂਟਿਊਬ 'ਤੇ ਪਹਿਲੀ ਵਾਰ, ਹੈ ਨਾ। ਸੋ ਮੇਰਾ ਸੁਪਨਾ ਬੱਬਰ ਰਾਏ ਬਾਈ ਨੂੰ ਦੇਖਣ ਤੋਂ ਬਾਅਦ ਇਹ ਬਣ ਗਿਆ ਸੀ ਕਿ ਵਰਿੰਦਰਾ ਤੂੰ ਬਾਹਰ ਜਾਣਾ, ਪੈਸੇ ਕਮਾਉਣੇ ਆ ਅਤੇ ਆਪਣੀ ਟੇਪ ਕਰਨੀ ਆ। ਓਕੇ ਕਿਉਂਕਿ ਘਰੋਂ ਤੂੰ ਲੈਣੇ ਨਹੀਂ, ਅੱਛਾ ਨਾ ਹੀ ਕਰਦੇ ਐਡੇ ਆ ਕਿ ਤੇਰੀ ਟੇਪ ਕਰ ਦੇਣਗੇ। ਬਾਹਰ ਦਾ ਵੀਜ਼ਾ ਲਾਈ ਗਏ, ਕਿਤੇ ਦਾ ਨਹੀਂ ਲੱਗਿਆ, ਮਤਲਬ ਕਹਿਣਾ ਮੈਂ ਕਿਹਾ ਸਾਰੀ ਕਿਤੋਂ ਦਾ ਕੈਂਸਲ ਹੋ ਗਿਆ, ਰਿਫਿਊਜ਼ ਹੋ ਗਿਆ। ਇੱਕ ਵਾਰ ਮੈਂ ਬਿਲਕੁਲ ਹੀ ਟੁੱਟ ਗਿਆ ਕਿ ਯਾਰ ਵੀ ਲੈ ਵੀ ਮੈਂ ਰੱਬ, ਮੈਂ ਗੁਰਦੁਆਰੇ ਮੱਥਾ ਟੇਕਦਾ ਵੀ ਕਿਹਾ ਵੀ ਰੱਬਾ ਤਾਂ ਇੱਕ ਚੀਜ਼ ਮੰਗੀ ਸੀ ਵੀ ਹੁਣ ਸ਼ਾਇਦ ਮੈਂ ਕਲਾਕਾਰ ਨਹੀਂ ਬਣ ਪਾਊਂਗਾ, ਹੁਣ ਜੋ ਮੇਰੇ ਸੁਪਨਾ ਸੀ ਉਹ ਟੁੱਟ ਗਿਆ ਆ, ਕਿਉਂਕਿ ਬਾਹਰ ਜਾ ਕੇ ਪੈਸੇ ਕਮਾਉਣੇ ਸੀ ਫਿਰ ਟੇਪ ਕਰਨੀ ਸੀ। ਰੱਬ ਮੂਹਰੇ ਵੀ ਕੋਸਣਾ ਰੱਬ ਨੂੰ ਵੀ ਰੱਬਾ ਹੁਣ ਕੁਛ ਨਹੀਂ ਹੋਣਾ ਮੈਨੂੰ ਲੱਗਦਾ, ਓਕੇ ਆ ਕੰਮ, ਹੈ ਨਾ। ਪਰ ਰੱਬ ਨੇ ਹੁਣ ਦੇਖੋ ਸਾਰੇ ਕਿਤੇ ਕਮਾਈ ਜਾਂਦਾ, ਕਿੱਡੀ ਵੱਡੀ ਗੱਲ, ਉਹਨੇ ਕਿਹਾ ਵੀ ਤੁਹਾਨੂੰ ਇੱਥੇ ਬਣਾਉਣਾ, ਸ਼ਾਇਦ ਜੇ ਮੈਂ ਉੱਥੇ ਹੁੰਦਾ ਮੈਂ PR ਦੇ ਚੱਕਰਾਂ 'ਚ ਇੱਕ ਐਲਬਮ ਹੀ ਨਾ ਕਰ ਸਕਦਾ, ਹੈ ਨਾ, ਉਲਝ ਜਾਂਦਾ। ਸੋ ਜੋ ਰੱਬ ਕਰਦਾ ਬਹੁਤ ਵਧੀਆ ਲਈ ਕਰਦਾ, ਚਾਹੇ ਤੁਹਾਡਾ ਮਾੜਾ ਹੀ ਹੋ ਗਿਆ ਪਰ ਉਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਬਹੁਤ ਕੁਛ ਟਾਈਮ ਬਾਅਦ ਪਤਾ ਚੱਲਦਾ ਕਿ ਆਹ ਹੋਇਆ ਤੇਰੇ ਲਈ। ਆਹੋ ਕਹਿੰਦੇ ਆ ਵੀ ਕਈ ਵਾਰ ਟਾਈਮ ਲੱਗ ਜਾਂਦਾ ਪਰ ਪੇਸ਼ੈਂਸ ਰੱਖਣੀ ਚਾਹੀਦੀ ਹੈ ਕਿਉਂਕਿ ਰੱਬ ਨੇ ਕੁਝ ਬਹੁਤ ਵਧੀਆ ਸੋਚਿਆ ਹੁੰਦਾ। ਉਹੀ ਤਾਂ ਇੱਕ ਜਵਾਕ ਸੀ ਨਾ, ਮੈਂ ਰੱਬ ਨੂੰ ਵੀ ਕੁਛ ਨਾ ਕਿ ਰੱਬਾ ਯਾਰ ਇੱਕ ਸੁਪਨਾ ਤੇ ਤੂੰ ਇੱਕ ਚੀਜ਼ ਮੰਗੀ ਸੀ ਕਿ ਬਾਹਰ ਦਾ ਵੀਜ਼ਾ ਲਵਾ ਦੇ, ਚਾਰ ਪੈਸੇ ਇਕੱਠੇ ਕਰੀ ਤੇ ਟੇਪ ਕਰੀਏ। ਮਨਿੰਦਰ ਉਸ ਟਾਈਮ ਤੇ ਵਾਕਈ ਔਖਾ ਸੀਗਾ ਕਿਉਂਕਿ ਉਸ ਟਾਈਮ ਤੇ ਇੰਨਾ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੋ ਸਕਦੇ ਸੀਗੇ ਨਾ। ਅੱਜ ਦੀ ਤਰੀਕ ਤੇ ਜਦ ਸ਼ੋ ਲਾਓ ਐਂਡ ਤੁਸੀਂ ਸੌਖਾ ਥੋੜਾ ਇੱਕ ਗਾਣਾ ਹਿੱਟ ਕਰਦਾ ਤੁਹਾਡੇ ਫੈਨ ਕਾਫੀ ਬਣ ਜਾਂਦੇ ਬਣ ਜਾਂਦੇ। ਕਿੰਨੇ ਕਿੰਨੇ ਹੱਥ ਫੜਿਆ ਸੀ ਉਸ ਟਾਈਮ ਤੇ ਘੁੱਟ ਕੇ ਜਿਹੜਾ ਨਾਲ ਤੁਰਦਾ ਰਿਹਾ ਹਰ ਪਾਸੇ। ਮੇਰੇ ਯਾਰ ਮਿੱਤਰ ਹੀ ਨਹੀਂ ਸੀਗੇ ਸਾਰੇ, ਹੁਣ ਉਹ ਕੈਨੇਡਾ ਆ ਖਾਲਸਾ ਜੀ, ਉਹ ਸੀਗੇ ਇੱਕ ਅਮਨ, ਇੱਕ ਹਰਮੰਦਰ ਬੁੱਟਰ ਮੇਰਾ ਕਜ਼ਨ ਹੀ ਆ, ਬੂੰਦੀ ਕਹਿੰਦੇ ਅਸੀਂ ਉਹਨੂੰ, ਬੂੰਦੀ ਜੀ, ਉਹੀ ਨੇ ਜਿਹੜੇ ਨਾਲ, ਉਹ 4-5 ਜਣੇ ਨੇ ਮੈਨੂੰ ਲੈ ਕੇ ਫਿਰਦੇ ਰਹਿੰਦੇ ਸੀ ਕਿਤੇ ਨਾ ਕਿਤੇ ਵੀ। ਚਾਰ ਮਿੱਤਰਾਂ 'ਚ ਵੀ ਬਹਿਣਾ ਤਾਂ ਉਹਨਾਂ ਨੇ ਕਹਿਣਾ ਵੀ ਆਹ ਸਾਡਾ ਬੰਦਾ ਗਾਉਂਦਾ ਯਾਰ ਇਹਨੂੰ ਸੁਣੋ। ਕੋਈ ਕੁੜੀ ਸੀ, ਕੋਈ ਕ੍ਰਸ਼ ਸੀ, ਕੋਈ ਏਦਾਂ ਦੀ ਪਸੰਦ ਸੀਗੀ ਤੁਹਾਡੀ ਜਿਹੜੀ ਪਹਿਲਾਂ ਤਾਂ ਨਹੀਂ ਮਿਲੀ ਲੇਕਿਨ 4-5 ਸਾਲਾਂ ਤੋਂ ਬਾਅਦ ਤੁਹਾਡੇ ਕੰਟੈਕਟ ਵਿੱਚ ਆਈ ਹੋਵੇ, ਉਹਨੇ ਦੱਸਿਆ ਹੋਵੇ ਕਿ ਮਨਿੰਦਰ ਮੈਂ ਲਾਈਕ ਕਰਦੀ ਸੀ ਤੁਹਾਨੂੰ ਜਾਂ ਮੈਂ ਖੁਸ਼ ਹਾਂ ਤੁਸੀਂ ਅੱਜ ਇੱਥੇ ਹੋ? ਮੈਨੂੰ ਸਕੂਲ ਵਾਲੀਆਂ ਜਿੰਨੀਆਂ ਕੁੜੀਆਂ ਸੀ ਮੈਨੂੰ ਕਦੇ ਕੋਈ ਦਿਖੀ ਹੋਈ ਨਹੀਂ ਬਾਅਦ 'ਚ ਦੁਬਾਰੇ, ਕਦੇ ਨਹੀਂ ਕੋਈ, ਇੰਨਾ ਕੁ ਬਿਜ਼ੀ ਹੋ ਗਏ ਲਾਈਫ 'ਚ। ਉਹਨਾਂ ਦਾ ਵਿਚਾਰੀ ਦਾ ਵਿਆਹ ਹੋ ਗਿਆ ਹੋਣਾ, ਆਪਣੇ ਕਰ ਦਿੰਦੇ 23-24 ਸਾਲਾਂ ਦੀ ਕੁੜੀ ਦਾ ਵਿਆਹ, ਮੈਨੂੰ ਕੋਈ ਦਿਖੀ ਹੀ ਨਹੀਂ ਕਦੇ। ਤੇ ਜਿਹਦੇ ਨਾਲ ਯਾਰੀ ਟੁੱਟੀ ਸੀ ਵੀ ਗਾਣਾ ਹੀ ਬਣਾ ਲਿਆ ਤੁਸੀਂ, ਔਰ ਉਹ ਇੱਕ ਦੋ ਵਾਰ ਦਿਖੀ ਆ ਫਿਰ ਮੈਂ ਨਹੀਂ ਰੁਕਿਆ, ਸੱਚੀ ਫਿਰ ਮੈਂ ਨਹੀਂ ਰੁਕਿਆ ਉੱਥੇ। ਅੱਛਾ ਮਤਲਬ ਉਹਨੇ ਤਾਂ ਦਿਲ ਤੋੜਿਆ, ਯਾਰੀ ਤੋੜੀ, ਤੁਸੀਂ ਕੀ ਤੋੜਿਆ? ਰਿਕਾਰਡ ਮੈਂ ਤੁਸੀਂ ਦੇਖੋ ਵੀ 4-5 ਸਾਲਾਂ ਹੋਏ, ਮੈਂ ਕਿੰਨੀ ਵਾਰ ਸੋਚਦਾ ਹੁੰਦਾ, ਹਾਲਾਂਕਿ ਮੇਰਾ ਪਹਿਲਾ ਸੁਪਨਾ ਸੀ ਕਿ PTC ਇੰਟਰਵਿਊ ਕਰੀਏ, ਜੇ ਤੁਸੀਂ ਸਟਾਰ ਹੋ ਨਾ ਸਮਝ ਦਿਓ, ਇੱਕ ਬੰਦੇ ਦਾ ਡੈਬਿਊ ਗਾਣਾ ਆਇਆ ਚੱਲਿਆ, ਉਹਨੂੰ ਸਭ ਤੋਂ ਪਹਿਲਾਂ ਸੁਪਨਾ ਆਇਆ PTC ਇੰਟਰਵਿਊ ਕਰੀਏ। ਤੁਸੀਂ ਦੇਖ ਲਓ 4 ਸਾਲ ਲੱਗ ਗਏ ਇੱਥੇ ਆਉਂਦੇ ਆਉਂਦੇ, ਪਤਾ ਹੀ ਨਹੀਂ ਕਿੱਥੇ ਗੁਪਤ ਹੋਏ ਰਹਿੰਦੇ ਆ। PTC ਇੰਟਰਵਿਊ ਦੇ ਵਿੱਚ ਤੁਸੀਂ ਆ ਚੁੱਕੇ ਹੋ, PTC ਸ਼ੋਕੇਸ ਚੱਲ ਰਿਹਾ ਹੈ। ਥੈਂਕ ਯੂ ਸਾਰਿਆਂ PTC ਦੇ ਸਾਰਿਆਂ ਦਾ, ਅੱਜ ਆਪਾਂ ਇੰਟਰਵਿਊ ਕਰ ਰਹੇ ਹਾਂ ਇੱਥੇ, ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਹੈ। ਮਨਿੰਦਰ ਸਿਹਤ ਸਾਡੇ ਦੋਵਾਂ ਦੀ ਅੱਜ ਠੀਕ ਨਹੀਂ ਹੈਗੀ, ਵੈਦਰ ਚੇਂਜ ਹੋ ਰਿਹਾ। ਮੈਂ ਗਾਣਾ ਵੀ ਬੜਾ ਔਖਾ ਗਾਇਆ ਜਦੋਂ ਆਪਾਂ ਪਹਿਲਾਂ ਗਾਣਾ ਗਾਇਆ ਹੈ ਨਾ, ਸੋ
ਏਸੀ ਵੀ ਆਫ ਕੀਤਾ। ਉਹ ਸੱਚ ਗਾਣੇ ਤੋਂ ਮੈਨੂੰ ਚੇਤਾ ਆਇਆ, ਗਾਣਾ ਇੱਕ ਹੋਰ ਗਵਾਣਾ, ਆਪਾਂ ਬ੍ਰੇਕ ਲੈ ਲੈਂਦੇ ਹਾਂ। ਹਾਂਜੀ ਹਾਂਜੀ, ਹੈ ਨਾ। ਵੈਸੇ ਭਾਵੇਂ ਦਿਲ ਟੁੱਟਿਆ ਹੀ ਹੋਵੇ, ਲੇਕਿਨ ਇਸ ਟੁੱਟੇ ਦਿਲ ਨੇ ਮਨਿੰਦਰ ਬੁੱਟਰ ਨੂੰ ਬਣਾ ਦਿੱਤਾ ਸਟਾਰ, ਕਿਉਂਕਿ ਇਹਨਾਂ ਦੇ ਇਸ ਗੀਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਮਨਿੰਦਰ ਦੀ ਬਣਾ ਦਿੱਤੀ ਇੱਕ ਵੱਖਰੀ ਜਗ੍ਹਾ। ਲੇਕਿਨ ਹਜੇ ਤਾਂ ਬੜੀ ਵਾਰ ਦਿਲ ਟੁੱਟਣੇ ਨੇ ਅਤੇ ਜੁੜਨੇ ਨੇ, ਕਿਉਂਕਿ ਇਹੀ ਤਾਂ ਅੰਦਾਜ਼ ਹੈ ਸਾਡੇ ਮਨਿੰਦਰ ਬੁੱਟਰ ਦਾ। ਜ਼ਰੂਰ ਕਰਾਂਗੇ ਬਹੁਤ ਸਾਰੀਆਂ ਗੱਲਾਂ, ਲੇਕਿਨ ਫਿਲਹਾਲ ਟਾਈਮ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਬਸ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਹੀ ਫੇਵਰੇਟ ਨੰਬਰ 1 ਚੈਟ ਸ਼ੋਅ ਦੇ ਵਿੱਚ। ਨਾਮ ਹੈ ਜਿਸ ਦਾ PTC ਸ਼ੋਕੇਸ, ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਮਨਿੰਦਰ ਦੇ ਨਾਲ। ਮਨਿੰਦਰ, ਬਾਹਰ ਜਾਣ ਦਾ ਕੀੜਾ ਸੀਗਾ ਮਨਿੰਦਰ, ਹੋਰ ਵੀ ਕੋਈ ਕੋਸ਼ਿਸ਼ ਕੀਤੀ? ਅੱਛਾ, ਤੁਸੀਂ HM ਵੀ ਕੀਤੀ ਹੋਈ ਹੈ? HM ਕੀਤੀ ਹੈ ਜੀ। ਸੋ ਇੰਡਸਟਰੀ ਦੋ ਤਿੰਨ ਜਣਿਆਂ ਨੇ HM ਕੀਤੀ ਆ, ਮਤਲਬ ਭਾਂਡੇ ਹੀ ਮੰਜੇ ਆ। ਮੈਂ HM ਬਾਹਰ ਜਾਣ ਦਾ ਜਦੋਂ ਸੀਗਾ ਤਾਂ ਮੈਂ HM ਕੀਤੀ ਤੇ ਸਾਲ ਦਾ ਫਰੰਟ ਆਫਿਸ ਦਾ ਡਿਪਲੋਮਾ ਕੀਤਾ। ਉਦੋਂ ਬਾਅਦ ਮੇਰੀ ਟ੍ਰੇਨਿੰਗ ਲੱਗੀ ਸੀ ਪਗਾਰਲੀ ਚੰਡੀਗੜ੍ਹ, ਮਤਲਬ ਉਦੋਂ ਹੋਟਲ ਹੀ ਹੁੰਦਾ ਸੀ। ਟ੍ਰੇਨਿੰਗ ਦੇ ਟਾਈਮ ਤੁਹਾਨੂੰ ਹਰ ਕੁਛ ਕਰਾਉਂਦੇ ਆ, ਤੁਹਾਡਾ ਈਗੋ ਲੈਵਲ ਡਾਊਨ ਕਰਕੇ ਰੱਖ ਦਿੰਦੇ ਆ। ਉੱਥੋਂ ਭਾਂਡੇ ਮਜਾਉਣੇ ਉਹਨਾਂ ਨੇ, ਉੱਥੋਂ ਕੁਰਸੀਆਂ ਵੀ ਸਾਫ਼ ਕਰਾਉਣੀਆਂ, ਤੁਹਾਨੂੰ ਬੈਲ ਬੋਏ ਬਣਾਉਣਾ। ਇੱਕ ਦਿਨ ਜਿਵੇਂ ਮੈਂ ਆਪਣੇ ਯਾਰਾਂ ਮਿੱਤਰਾਂ ਨਾਂ ਦੱਸਿਆ, ਇਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਮੇਰੀ ਫਰੰਟ ਆਫਿਸ ਟ੍ਰੇਨਿੰਗ ਲੱਗ ਗਈ ਆ ਅਤੇ ਮੈਂ ਹੁਣ ਹੋਟਲ ਜਾਂਦਾ ਮੇਰੇ ਨਜ਼ਾਰੇ ਨੇ, ਅਤੇ ਉਹ ਕੁਦਰਤੀ ਹੋਟਲ ਮੈਨੂੰ ਲੰਘ ਰਹੇ ਤਾਂ ਮੈਂ ਗੇਟ ਖੋਲ ਰਿਹਾ ਸੀ ਇੱਦਾਂ ਕਰਕੇ, ਹੈ ਨਾ। ਸੋ ਉਦੋਂ ਬਹੁਤ ਆਰਟਿਸਟ ਆਉਂਦੇ ਸੀ ਉੱਥੇ, ਬਹੁਤ ਨਹੀਂ ਆਉਣੇ। ਮੈਂ ਕਦੇ ਪਰਸਨਲੀ ਬਾਹਲਾ ਕਿਸੇ ਨੂੰ ਇੱਦਾਂ ਮੈਂ ਸ਼ਾਈ ਜਾਇਆ, ਮੈਂ ਚੁੱਪ ਰਹਿੰਦਾ ਸੀ, ਦੇਖਦਾ ਸਭ ਦੀਆਂ ਆਦਤਾਂ ਨੋਟ ਕਰਦਾ ਸੀ, ਤੁਰਨ ਦੀਆਂ, ਬੈਠਣ ਦੀਆਂ, ਚੱਲਣ ਦੀਆਂ। ਉੱਥੇ ਮਰਿੰਦਰ ਗਿੱਲ ਭਾਅ ਜੀ ਆਉਂਦੇ ਹੁੰਦੇ ਸੀਗੇ। ਚਲੋ ਜੀ, 2-2.5 ਮਹੀਨੇ ਮਿਹਨਤ ਕਰਕੇ ਮੈਂ ਫਰੰਟ ਆਫਿਸ 'ਤੇ ਕੋਟ ਪਾਉਣ ਜੋਗਾ ਹੋ ਗਿਆ, ਮੇਰੇ ਕੋਟ ਪੈ ਗਿਆ। ਮਤਲਬ ਬਹਿਣ ਦਾ ਕੰਮ ਸੀ ਮੇਰਾ ਸਿਰਫ, ਹੈ ਨਾ, ਜਾਂ ਬੁਕਿੰਗ ਬਾਕਿੰਗ ਕਰਨ ਦਾ ਉੱਥੇ ਹੁੰਦਾ ਸੀ। ਅਤੇ ਮਰਿੰਦਰ ਗਿੱਲ ਭਾਅ ਜੀ ਪੱਕਾ ਕੱਢਲੀ ਆਉਂਦੇ ਹੁੰਦੇ ਸੀ, ਪੱਕਾ ਸੀਗਾ। ਉਹਨਾਂ ਨੇ ਆਉਣਾ ਜਦੋਂ ਵੀ ਤਾਂ ਮੈਂ ਰੂਮ ਸਰਵਿਸ ਨੂੰ ਫੋਨ ਕਰਨਾ ਕਿ ਜੇ ਭਾਅ ਜੀ ਦੇ ਰੂਮ 'ਚ ਤੈਨੂੰ ਕੁਛ ਵੀ ਔਡਰ ਆਊਗਾ ਉਹ ਮੈਂ ਦੇਣ ਜਾਣਾ। ਅੱਛਾ, ਮਤਲਬ ਮੈਂ ਰੋਟੀ ਸਰਵ ਕਰਨ ਗਿਆ ਹੋਇਆ ਉਹਨਾਂ ਨੂੰ, ਮੈਂ ਕੋਟ ਲਾ ਕੇ ਆਪਦੀ ਰੋਟੀ ਸਰਵ ਕਰਨ ਜਾਣਾ, ਕਿਉਂਕਿ ਦੇਖਣਾ ਯਾਰ ਮਨਿੰਦਰ ਗਿੱਲ ਨੇੜੋ ਕਿਹੋ ਜਿਹਾ ਲੱਗਦਾ, ਕਿਉਂਕਿ ਤੁਸੀਂ ਵੀ ਆਰਟਿਸਟ ਬਣਨਾ ਚਾਹੁੰਦੇ ਸੀ ਅਸਲੀ। ਹਾਂ, ਕਿਉਂਕਿ ਉਹੀ ਆਰਟਿਸਟ ਮੈਂ, ਜਿਵੇਂ ਆਪਣੇ ਪਹਿਲਾਂ ਵਿਆਹਾਂ 'ਚ ਵੀ ਜੇ ਕੋਈ ਆਰਟਿਸਟ ਲੱਗਦਾ ਸੀ ਨਾ ਆਪਣੇ ਪਿੰਡਾਂ 'ਚ ਲੱਗਦੇ ਹੁੰਦੇ ਆ, ਉਹਨਾਂ ਨੂੰ ਵੀ ਉਹਨਾਂ ਦੀ ਮਾੜਾ ਇਹ ਨਹੀਂ ਸੀ, ਉਹਨਾਂ ਦੇ ਸਿਰ 'ਤੇ ਨਹੀਂ ਸੀ ਚੜ੍ਹਦਾ, ਓਬਜ਼ਰਵ ਕਰਦੇ। ਮੈਂ ਫੈਨ ਉਹਨਾਂ ਦਾ ਸਾਰਿਆਂ ਦਾ ਸੀਗਾ, ਪਰ ਉਹਨਾਂ ਨੂੰ ਦੇਖਦਾ ਸੀ ਕਿ ਕਿਵੇਂ ਉੱਠਦੇ ਆ, ਕਿਵੇਂ ਬਹਿੰਦੇ ਆ, ਕੀ ਕਰਦੇ ਨੇ, ਕਿਵੇਂ ਬੋਲਣ ਦਾ ਸਟਾਈਲ ਆ। ਸੋ ਅਮਰਿੰਦਰ ਗਿੱਲ ਭਾਅ ਜੀ ਦਾ ਬਾ ਕਮਾਲ ਨਹੀਂ ਆ ਅੱਜ ਤੱਕ, ਹੈ ਨਾ, ਉਹਨਾਂ ਦੇ ਆਪਾਂ ਸਾਰੇ ਗਾਣੇ ਸੁਣਦੇ ਹਾਂ। ਸੋ ਉਹਨਾਂ ਨੇ ਕੁਛ ਵੀ ਮੰਗਵਾਉਣਾ, ਮੈਂ ਰੂਮ ਸਰਵਿਸ ਨੂੰ ਕਿਹਾ ਹੁੰਦਾ ਸੀ ਕਿ ਯਾਰ ਮੈਂ ਜਾਊਂਗਾ, ਦੇ ਆਪਦਾ ਕੋਟ ਲਾ ਕੇ ਪ੍ਰੋਪਰ ਰੋਟੀ ਸਰਵ ਕਰਕੇ ਆਉਣੀ ਉਹਨਾਂ ਨੂੰ ਜਾ ਕੇ। ਸੋ ਹੁਣ ਕਦੇ ਮਿਲਿਆ ਨਹੀਂ, ਜਦੋਂ ਮਿਲੂਗਾ ਦੱਸੂਗਾ ਜ਼ਰੂਰ ਭਾਅ ਜੀ। HM ਦਾ ਪਹਿਲਾ ਦਿਨ, ਹਾਂਜੀ, ਕਿਉਂਕਿ ਹੁਣ ਤਾਂ ਤੁਸੀਂ ਓਬਵੀਅਸਲੀ ਸਟਾਰ ਬਣ ਚੁੱਕੇ ਹੋ, ਪਹਿਲਾ ਦਿਨ ਤੇ ਉਹ ਕੋਟ ਮਿਲਣ ਤੱਕ, ਕੁਰਸੀ ਮਿਲਣ ਤੱਕ ਕੀ ਕੀਤਾ ਮਨਿੰਦਰ? ਹੁੰਦੇ ਨਾ ਮੰਮਾ ਬੋਏ, ਮੈਂ ਰੋ ਕੇ ਮੰਮਾ ਨੂੰ ਕਹਿੰਦਾ ਸੀ ਕਿ ਮੰਮੀ ਇੱਥੇ ਭਾਂਡੇ ਮਾਂਜਣੇ ਪੈਂਦੇ ਆ, ਮੰਮੀ ਅੱਜ ਜਿਵੇਂ ਅੱਜ 250-300 ਬੰਦਿਆਂ ਦਾ ਬੈਂਕਟ ਹਾਲ 'ਚ ਫੰਕਸ਼ਨ ਆ ਤੇ ਮੈਂ ਸਾਰੀਆਂ ਕੁਰਸੀਆਂ ਤੇ ਮੈਂ ਚੜਾਇਆ ਕਵਰ। ਮਤਲਬ ਆਪਾਂ ਪਿੰਡੂ ਮੰਡੇ ਆ, ਪਰ ਠੀਕ ਆ ਯਾਰ, ਉਹਨਾਂ ਨੇ ਈਗੋ ਲੈਵਲ ਡਾਊਨ ਕਰਤਾ ਮੇਰਾ। ਓਕੇ, ਉਹ ਸਾਰੀ ਉਮਰ ਯਾਦ ਰਹਿੰਦਾ ਕਿ ਯਾਰ ਤੂੰ ਆਹ ਕੰਮ ਵੀ ਕੀਤੇ ਆ। ਨਾਨੀ ਚੇਤੇ ਆਈ ਸੀ? ਓ ਮੈਮ, ਸਭ ਕੁਛ, ਮੈਨੂੰ ਪਤਾ ਨਾ, ਪਲੇਟਾਂ ਦਾ ਐਡਾ ਐਡਾ ਢੇਰ ਲੱਗ ਜਾਂਦਾ ਸੀ, ਉਹਨੂੰ ਵਾਈਪ ਕਰਨਾ ਹੁੰਦਾ ਸੀ। ਤੇ ਇੱਕ ਉੱਥੇ ਕੈਪਟਨ ਹੁੰਦਾ ਸੀ ਮੁੰਡਾ, ਉਹ ਮੇਰਾ ਰੂਮਮੇਟ ਸੀਗਾ, ਉਹ ਘਰੇ ਸਾਡੀ ਵਧੀਆ ਯਾਰੀ ਹੋਣੀ, ਉਹਨੇ ਵਧੀਆ ਬੁਲਾਉਣਾ। ਉਹ ਪਤੰਦਰ ਹੋਟਲ 'ਚ ਆ ਕੇ ਕੈਪਟਨ ਦੀ ਉਸ 'ਚ ਆ ਜਾਂਦਾ ਸੀ, ਮਨਿੰਦਰ ਇਹ ਸਾਰੀ ਸੀਨਰੀਜ਼ ਲੱਗੀਆਂ, ਚੇਅਰ ਕੋ ਸਾਫ਼ ਕਰ ਦਿਉ। ਮੈਂ ਉਹਨੂੰ ਇੱਕ ਦਿਨ ਘਰੇ ਬੁਲਾ ਕੇ ਕਿਹਾ, ਮੈਂ ਤੂੰ ਘਰੇ ਮੇਰਾ ਵਧੀਆ ਮਿੱਤਰ ਆ, ਉੱਥੇ ਆ ਕੇ ਤੂੰ ਮੇਰੀ ਹਨੇਰੀ ਟਾ ਦਿੰਦਾ। ਸੋ ਵਧੀਆ 2-2.5 ਮਹੀਨੇ 'ਚ ਜਦੋਂ ਫਰੰਟ ਆਫਿਸ 'ਤੇ ਆ ਗਏ, ਕੰਮ ਤਾਂ ਫਿਰ ਵੀ ਹੁੰਦਾ ਸੀ ਪਰ ਉਹ ਥੋੜ੍ਹਾ ਜਿਹਾ ਸੌਖਾ ਕੰਮ ਹੁੰਦਾ ਸੀ। ਹੁਣ ਜਾਂਦੇ ਹੋ ਤੁਸੀਂ, ਗਏ ਹੋ ਕਦੀ? ਨਹੀਂ, ਹੁਣ ਨਹੀਂ ਗਿਆ ਨਹੀਂ ਹੈਗਾ ਜੀ, ਕਿਉਂਕਿ ਮੈਂ ਸੁਣਨ 'ਚ ਆਇਆ ਮੇਰੇ ਨਾਲ ਫੇਸਬੁੱਕ 'ਤੇ ਐਡ ਨੇ, ਉਹੀ ਜਿਹੜੀ ਮੇਰੀ ID ਪਰਸਨਲ, ਸਾਰੇ ਆਪਣੇ ਆਪਣੇ ਸ਼ਿਫਟ ਹੋ ਗਏ, ਕਿਤੇ ਸਾਰੇ ਵੱਡੇ ਬਣ ਗਏ, ਵੱਡੇ ਹੋਟਲਾਂ 'ਚ ਚਲੇ ਗਏ, ਕਿਤੇ ਹੋਰ ਚਲੇ ਗਏ। ਜਿੱਥੇ ਮਨਿੰਦਰ ਨੇ ਇੰਨੀ ਮਿਹਨਤ ਕੀਤੀ ਆ ਉੱਥੇ ਮਨਿੰਦਰ ਮੈਂ ਜਾ ਕੇ ਜ਼ਰੂਰ ਆਉਣਾ ਚਾਹੁੰਦਾ ਇੱਕ। ਅੱਛਾ, ਅਜੇ ਨਹੀਂ ਗਏ? ਨਹੀਂ, ਗਿਆ ਨਹੀਂ ਮੈਂ। ਮੈਂ ਜਾ ਕੇ ਜ਼ਰੂਰ ਆਉਣਾ। ਚਲੋ, ਜਦੋਂ ਜਾਓਗੇ ਫਿਰ ਦੱਸਿਓ ਕਿੱਦਾਂ ਦਾ ਫੀਲ ਸੀਗਾ। ਹੋਰ ਬਹੁਤ ਵਧੀਆ ਫੀਲ ਵੀ ਆਊਗਾ। ਹੁਣ ਤਾਂ ਇੰਡਸਟਰੀ ਦਾ ਵੈਸੇ ਟ੍ਰੈਂਡ ਚੇਂਜ ਹੋ ਚੁੱਕਿਆ, ਜਦੋਂ ਤੁਸੀਂ ਸਟਾਰਟ ਕੀਤਾ ਸੀ ਉਦੋਂ ਹੋਰ ਸੀ, ਹੈ ਨਾ। ਹੁਣ ਤਾਂ ਇੱਕ ਟੀਮ ਜੀ ਹੈ, ਹੈ ਨਾ, ਲਿਰਿਸਿਸਟ ਵੀ ਵਿੱਚ ਹੈ, ਮਿਊਜ਼ਿਕ ਡਾਇਰੈਕਟਰ ਵੀ ਵਿੱਚ ਹੁੰਦਾ ਹੈ, ਪ੍ਰੋਪਰ ਟੀਮ ਦੇ ਨਾਲ ਇੱਕ ਗਾਣਾ ਰਿਲੀਜ਼ ਕੀਤਾ ਜਾਂਦਾ। ਤੁਸੀਂ ਸਟਿਲ ਕਿਸੇ ਟੀਮ ਦੇ ਨਾਲ ਨਹੀਂ ਹੋ, ਹੈ ਫਰਦਰ ਪਲੈਨਿੰਗ ਕਿਸੇ ਟੀਮ ਦੇ ਨਾਲ ਕੰਮ ਕਰਨ ਦੀ ਜਾਂ ਟੀਮ ਕ੍ਰੀਏਟ ਕਰਨ ਦੀ? ਨਹੀਂ, ਮੈਂ ਆਪ ਲਿਖ ਰਿਹਾ ਗਾਣੇ, ਮੈਂ ਬੜਾ ਆਪ ਗਾਣੇ ਲਿਖੇ ਨੇ, ਬਟ ਹੁਣ ਮੈਂ ਆਪ ਦੇ ਲਿਖੇ ਕਰ ਰਿਹਾ। ਮੈਨੂੰ ਇਹ ਫੀਲ ਜਿਹੀ ਹੁੰਦੀ ਕਿ ਆਪ ਲਿਖ ਕੇ ਤੁਹਾਨੂੰ ਕਰਨੇ ਚਾਹੀਦੇ ਯਾਰ, ਮੈਂ ਕਿੰਨਾ ਚਿਰ ਲੋਕਾਂ ਨੂੰ ਪਤਾ ਹੀ ਨਹੀਂ ਸੀ ਮੈਂ ਆਪਦੇ ਗਾਣੇ ਆਪ ਲਿਖਦਾ ਜਾਂ ਮੈਂ ਲਿਖੇ ਹੋਣੇ, ਹੈ ਨਾ। ਸੋ ਹੁਣ ਮੈਨੂੰ ਇਹ ਲੱਗਦਾ ਮੈਂ ਆਪਦੇ ਗਾਣੇ ਆਪ ਲਿਖਣਾ ਚਾਹੁੰਦਾ ਆ। ਮੇਰੀ ਟੀਮ ਤਾਂ ਉਹੀ ਨੇ ਯਾਰ ਮਿੱਤਰ, ਜਾਨੀ ਹੋਣੇ ਸਾਰੇ ਆਪ ਗਾਣੇ ਉਹਨਾਂ ਨਾਲ ਆ ਰਹੇ ਨੇ, ਗਾਣੇ ਬਣ ਵੀ ਰਹੇ ਨੇ, ਪਰ ਮੈਂ ਆਪ ਲਿਖਣਾ ਚਾਹੁੰਦਾ।
ਆਪ ਲਿਖਣਾ ਚਾਹੁੰਦੇ ਹੋ? ਹਾਂਜੀ, ਵੈਸੇ ਇਸ ਟਾਈਮ ਇੰਡਸਟਰੀ ਦੇ ਵਿੱਚ ਕੌਣ ਲੱਗ ਰਿਹਾ ਕਿ ਯਾਰ ਵਾਕਈ ਕਮਾਲ ਦਾ ਲਿਖਦਾ? ਬਹੁਤ ਜਾਣੇ ਨੇ ਮੈਮ, ਜਿਵੇਂ ਜੇ ਤੁਸੀਂ ਹੈਪੀ ਰਾਏਗੁੱਟੀ ਦੀ ਗੱਲ ਕਰੋ, ਜੋ ਉਹਨੇ ਮੂਵੀ 'ਚ ਅੰਗਰੇਜ਼ 'ਚ ਲਿਖਿਆ ਉਹ ਬਾ ਕਮਾਲ ਆ, ਹੈ ਨਾ ਜੀ। ਕਿੰਨੇ ਗਾਣੇ ਉਹਨੇ ਇੱਦਾਂ ਦੇ ਲਿਖੇ ਨੇ ਜਿਹੜੇ ਸੱਚੀ ਬਾ ਕਮਾਲ ਹੁੰਦੇ ਨੇ। ਫਿਰ ਜਾਨੀ ਨੇ ਕਿੰਨਾ ਕੁਛ ਕੀਤਾ, ਇਹ ਮੇਰੇ ਫਰੈਂਡ ਸਰਕਲ 'ਚ ਨੇ ਸਾਰੇ ਮੁੰਡੇ ਜੀ ਜੀ। ਅਤੇ ਬੱਬੂ ਵੀਰੇ ਨੇ ਬਹੁਤ ਕੁਛ ਕੀਤਾ, ਜਿਹਨੇ ਆਪਣਾ ਆ ਗਾਣਾ ਸਖੀਆਂ ਆਉਣਾ, ਸਖੀਆਂ ਪਾਗਲ ਦਲਜੀਤ ਭਾਜੀ ਦਾ ਕੀਤਾ। ਸੋ ਸਾਰੇ ਇੱਕ ਤੋਂ ਇੱਕ ਆ ਰਿਹਾ, ਹੁਣ ਤਾਂ ਕੰਪੀਟੀਸ਼ਨ ਵਧਿਆ ਹੋਇਆ, ਮਜ਼ਾ ਆਉਣਾ ਚਾਹੀਦਾ ਕੰਮ ਕਰਨ ਦਾ। ਮਜ਼ਾ ਤਾਂ ਤਾਂ ਆਏਗਾ ਜਦੋਂ ਤੁਸੀਂ ਗਾਣਾ ਗਾ ਕੇ ਸੁਣਾਓਗੇ ਸਾਨੂੰ। ਮੈਂ ਸਖੀਆਂ ਤੁਹਾਨੂੰ ਗਾਣਾ ਸੁਣਾਉਣਾ ਜੀ। ਸਖੀਆਂ ਨੇ ਮੈਨੂੰ ਮੈਣੇ ਮਾਰ ਦੀਆਂ, ਉੱਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ, ਸ਼ਾਮ ਨੂੰ ਤੂੰ ਕਿੱਥੇ ਕਿਹਦੇ ਨਾਲ ਹੁੰਦਾ ਆ, ਵੇਖੀਆਂ ਮੈਂ ਫੋਟੋਆਂ ਵਿਕਾਰ ਦੀਆਂ, ਮੈਨੂੰ ਡਰ ਜਿਹਾ ਲੱਗਦਾ ਏ ਦਿਲ ਟੁੱਟ ਨਾ ਜਾਏ ਵਿਚਾਰਾ, ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਹੈ ਬਸ ਯਾਰਾ। ਓ ਬਿਲਕੁਲ ਸਹੀ ਗੱਲ ਹੈ, ਲੇਕਿਨ ਮੁਕਾਣਾ ਵੀ ਕੌਣ ਚਾਹੁੰਦਾ, ਕਿਉਂਕਿ ਬ੍ਰੇਕ ਤੋਂ ਬਾਅਦ ਅਸੀਂ ਕਰਾਂਗੇ ਹੋਰ ਢੇਰ ਸਾਰੀਆਂ ਗੱਲਾਂ। ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਹੁਣੇ ਗਏ ਤੇ ਹੁਣੇ ਆਏ, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਜੀ ਆਇਆ ਨੂੰ, ਤੇ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਕਿਉਂਕਿ ਅੱਜ PTC ਸ਼ੋਕੇਸ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਮਨਿੰਦਰ ਬੁੱਟਰ। ਤੇ ਬਸ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਅੱਗੇ ਕਰਦਿਆਂ ਹੋਇਆ ਮੈਂ ਮਨਿੰਦਰ ਤੁਹਾਨੂੰ ਪੁੱਛਣਾ ਚਾਹਾਂਗੀ, ਜਿਹੜਾ ਬ੍ਰੇਕ ਤੋਂ ਪਹਿਲਾਂ ਤੁਸੀਂ ਗਾਣਾ ਸੁਣਾਇਆ ਸੀ ਨਾ, ਇੱਕ ਗੱਲ ਤਾਂ ਪੱਕੀ ਹੈ ਕਿ ਇਹੀ ਅਦਾਵਾਂ ਔਰ ਇਹੀ ਅੰਦਾਜ਼ ਹੈ ਜਿਹੜਾ ਕੁੜੀਆਂ ਦਾ ਨਾ ਦਿਲ ਜਿੱਤਦਾ ਹੈ ਨਾ, ਦਿਲ ਲੁੱਟਦਾ ਹੈ, ਟੁੱਟਦਾ। ਲੁੱਟਿਆ ਕਿੰਨੀ ਇੱਕ ਵਾਰੀ ਹੈ, ਪਹਿਲਾ ਕ੍ਰਸ਼ ਕਦੋਂ ਹੋਇਆ ਸੀਗਾ? ਬਹੁਤ ਛੋਟੇ ਹੁੰਦੇ ਹੋ ਜਾਂਦਾ, ਆਪਾਂ ਨੂੰ ਹੀਰੋਇਨਸ ਪਸੰਦ ਹੁੰਦੀਆਂ ਹਨ ਸਾਰੀਆਂ। ਕਿਹਦੇ ਤੇ ਸੀ ਮਨਿੰਦਰ ਪਹਿਲਾ ਕ੍ਰਸ਼, ਕਿਹੜੀ ਹੀਰੋਇਨ ਪਸੰਦ ਸੀ? ਜੀ ਆਇਆਂ ਨੂੰ ਤੋਂ ਬਾਅਦ ਨੀਰੂ ਬਾਜਵਾ, ਐਸ ਆਲਵੇਸ। ਹੁਣ ਵੀ ਤਾਂ ਉਹੀ ਪਸੰਦ ਹੈ ਮੈਨੂੰ ਸਭ ਤੋਂ ਜ਼ਿਆਦਾ, ਸਭ ਤੋਂ ਜ਼ਿਆਦਾ। ਹਾਂਜੀ, ਕੀ ਪਲੈਨਿੰਗ ਹੈ ਫਿਲਮਾਂ 'ਚ ਆਉਣ ਦੀ? ਨੀਰੂ ਦੇ ਨਾਲ ਫਿਲਮ ਕਰਨ ਦਾ ਹੈ ਕੋਈ ਸੁਪਨਾ ਜਾਂ ਪਲਾਨ? ਮੈਨੂੰ ਇਹ ਲੱਗਦਾ ਜਿਹੜੀਆਂ ਮੇਰੀ ਸੋਚਣੀ ਆ ਕਿ ਫਿਲਮ ਆ ਨਾ ਜਿਹੜੀ ਜੀ, ਉਹ ਕਿਸੇ ਹੋਰ ਦਾ ਕੰਮ ਆ, ਹੈ ਨਾ। ਹਾਲਾਂਕਿ ਸਾਡੇ ਵਧੀਆ ਆਰਟਿਸਟ ਵਧੀਆ ਕੰਮ ਕਰ ਰਹੇ ਆ, ਉਹਨਾਂ ਨੂੰ ਕੋਈ ਓਫੈਂਸ ਨਹੀਂ ਕਰਦਾ, ਕਿਸੇ ਦਾ ਕੋਈ ਗਲਤ ਨਹੀਂ ਕਹਿ ਰਿਹਾ, ਪਰ ਮੈਨੂੰ ਇਹ ਲੱਗਦਾ ਉਹ ਕੰਮ ਥੀਏਟਰ ਆਰਟਿਸਟ ਦਾ। ਓਕੇ, ਜਿਵੇਂ ਸਾਡੀ ਮਿਹਨਤ ਸਾਨੂੰ ਰੱਬ ਦਿੰਦਾ, ਮੰਨ ਲਓ ਕਿਸੇ ਆਰਟਿਸਟ ਨੇ 10 ਸਾਲ ਰਿਆਜ਼ ਕੀਤਾ, ਹੈ ਨਾ, ਉਹਦਾ ਗਾਣਾ ਚੱਲਦਾ, ਉਹਨੂੰ ਸ਼ੋਅ ਮਿਲਦੇ ਨੇ। ਸੋ ਮੈਨੂੰ ਲੱਗਦਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲਣਾ ਚਾਹੀਦਾ। ਬੜੇ ਸਾਲ ਹੋ ਗਏ ਮੈਮ ਉਹਨਾਂ ਨੂੰ ਥੀਏਟਰ ਕਰਦੇ ਕਰਦੇ ਕਰਦੇ, ਫਿਰ ਜਾ ਕੇ ਫਿਲਮਾਂ ਦੀ ਵਾਰੀ ਆਉਂਦੀ ਆ। ਸੋ ਹੁਣ ਵਧੀਆ ਕੰਮ ਹੋ ਰਿਹਾ, ਤਾਂ ਥੀਏਟਰ ਆਰਟਿਸਟ ਵੀ ਬਹੁਤ ਅੱਗੇ ਆ ਰਹੇ ਆ ਜੀ। ਡਾਕੂ ਦਾ ਮੁੰਡਾ ਟੀਮ ਸਾਰੀ ਬੈਸਟ ਮੂਵੀ ਲੱਗੀ ਮੈਨੂੰ ਕਹਿਣ ਲੱਗਿਆ। ਸੋ ਮੈਨੂੰ ਇਹ ਲੱਗਦਾ ਕਿ ਉਹਨਾਂ ਦਾ ਕੰਮ ਆ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਸਾਡਾ ਕੰਮ ਆ ਗਾਉਣਾ, ਅਸੀਂ ਗਾਣੇ ਵੀ ਕਰ ਰਹੇ ਹਾਂ, ਇਹ ਸਾਡੀ ਕਿਸਮਤ ਚੰਗੀ ਹੈ ਕਿ ਸਾਨੂੰ ਆਡੀਅੰਸ ਨੇ ਅਕਸੈਪਟ ਕਰ ਲਿਆ ਮੂਵੀ 'ਚ, ਹੈ ਨਾ। ਸੋ ਮੂਵੀ ਦਾ ਹਜੇ ਨਹੀਂ ਸੋਚਿਆ ਕਦੇ, ਜਿੰਨੇ ਮੇਰੇ ਕਲੀਗ ਕਰਦੇ ਆ ਮੂਵੀ ਆ ਉਹਨਾਂ ਨੂੰ ਬੈਸਟ ਵਿਸ਼ਿਜ਼ ਹੁੰਦੀਆਂ ਮੇਰੀਆਂ ਆਲਵੇਜ਼, ਹੈ ਨਾ, ਕਿਉਂਕਿ ਉਹਨਾਂ ਦਾ ਆਪਣੇ ਪਲਾਨ ਹੁੰਦੇ ਆ ਲਾਈਫ 'ਚ, ਪਰ ਮੈਂ ਨਹੀਂ ਸੋਚਿਆ ਹਜੇ ਤੱਕ ਕਦੇ ਕਿ ਮੈਂ ਮੂਵੀ ਕਰਾਂ। ਅੱਛਾ, ਇਹ ਤਾਂ ਮਤਲਬ ਬ੍ਰੇਕਿੰਗ ਟਾਈਪਸ ਹੋ ਗਏ ਕਿ ਗੌਰ ਸੇ ਸੁਨੀਏ ਮਨਿੰਦਰ ਨਹੀਂ ਕਰੇਂਗੇ ਫਿਲਮੇ। ਨਹੀਂ, ਪਹਿਲਾਂ ਗਾਣੇ ਕਰਨੇ ਆ ਮੈਂ, ਪਹਿਲਾਂ ਗਾਣੇ ਕਰਨੇ, ਪਹਿਲਾਂ ਦਿਲ ਜਾਨ ਇਹਦੇ ਲਈ ਆ ਸਭ ਕੁਝ। ਅੱਛਾ, ਹੁਣ ਫਿਰ ਤੋਂ ਮਤਲਬ ਗਾਣੇ ਬੜੇ ਸੋਨੇ ਬਣਨ ਲੱਗ ਗਏ ਆ, ਬਹੁਤ ਜ਼ਿਆਦਾ ਰੋਮਾਂਟਿਕ ਐਂਡ ਡੂਇਟ ਸੌਂਗ, ਡੂਇਟ ਦਾ ਕੀ ਪਲਾਨ ਹੈ ਮਨਿੰਦਰ? ਕਿਹਦੇ ਨਾਲ ਗਾਣਾ ਕੌਣ ਫੇਵਰੇਟ ਹੈ ਇਸ ਟਾਈਮ? ਡੂਇਟ ਦੇ ਵਿੱਚ ਮੈਨੂੰ ਲੱਗਦਾ ਜੈਸਮਿਨ ਸੈਂਡਰਸ ਦੀ ਵੋਕਲ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਆ। ਇਹਨਾਂ ਨੂੰ ਮਿਲਿਆ ਫਸਟ ਟਾਈਮ 2011 'ਚ ਸੀਗਾ, ਸੋ ਉਦੋਂ ਉਹਨਾਂ ਦੀ ਐਲਬਮ ਆਉਣੀ ਸੀ। ਓਕੇ, ਸੋ ਪਹਿਲੀ ਵਾਰ ਮਿਲ ਕੇ ਹੀ ਜਦੋਂ ਮੈਂ ਵੋਕਲ ਸੁਣੀ, ਮੈਨੂੰ ਲੱਗਾ ਯਾਰ ਕਿਆ ਬਾਤ ਆ, ਕਿਆ ਬਾਤ ਆ। ਪੁਰਾਣੇ ਗਾਣੇ ਮੈਂ ਅੱਜ ਵੀ ਸੁਣਦਾ ਉਹਨਾਂ ਦੇ, ਹੈ ਨਾ, ਬਦਲੇ ਆ ਗਏ ਜ਼ਮੀਨ 'ਤੇ ਸਾਰੇ ਗਾਣੇ। ਸੋ ਉਹਨਾਂ ਦੀ ਵੋਕਲ ਬਹੁਤ ਵਧੀਆ, ਜੇ ਲਾਈਫ 'ਚ ਕਦੇ ਕੁਛ ਕਰਨਾ ਹੈ ਤਾਂ ਉਹਨਾਂ ਨਾਲ ਪੱਕਾ ਬਣਾਵਾਂਗੇ ਗਾਣਾ। ਇਸ ਦੇ ਰਾਣੀ ਪਲਾਨਿੰਗ, ਕੋਈ ਪਲਾਨਿੰਗ? ਇੱਕ ਵਾਰੀ ਹੋਈ ਸੀ ਮੈਮ ਪਲਾਨਿੰਗ, ਫਿਰ ਗਾਣਾ ਹੀ ਮੈਂ ਡਰੋਪ ਕਰਤਾ, ਉਹ ਕੀਤਾ ਹੀ ਨਹੀਂ, ਹੈ ਨਾ। ਸੋ ਹੁਣ ਦੇਖਦਾ ਕੁਛ ਕਰਾਂਗੇ। ਅੱਛਾ, ਜਿਹੜੇ ਤੁਹਾਡੇ ਗਾਣੇ ਹੁੰਦੇ ਆ ਨਾ, ਉਹਨਾਂ 'ਤੇ ਬੜੀ ਰੀਝ ਲਗਾਈ ਜਾਂਦੀ ਹੈ, ਰਿਚਨੈਸ ਐਂਡ ਕਲਰਸ ਐਂਡ ਐਕਸਟਰਾ ਐਫਰਟਸ। ਹਾਂਜੀ, ਕਿਹਦੀ ਪਲਾਨਿੰਗ ਹੁੰਦੀ ਹੈ ਸਾਰੀ ਤੁਹਾਡੀ? ਪੋਸਟਰ ਤੋਂ ਲੈ ਕੇ ਐਂਡ ਤੱਕ ਮੇਰੀ ਪਲਾਨਿੰਗ ਹੁੰਦੀ ਹੈ, ਤੁਹਾਡੀ ਪਲਾਨਿੰਗ। ਤੁਸੀਂ ਮੰਨੋਗੇ ਨਹੀਂ ਵੀ ਹੁਣ ਵੀ ਮੇਰੇ ਫੋਨ 'ਚ ਅੱਧੇ ਸਕਰੀਨਸ਼ਾਟ ਇੱਦਾਂ ਹੀ ਹੋਣੇ ਆ ਵੀ ਆਹ ਫਲਾਨੇ ਗਾਣੇ ਦਾ ਫਲਾਨਾ ਪੋਸਟਰ ਰੱਖਣਾ, ਆਹ ਕਰਨਾ, ਫਿਰ ਆਹ ਕਰਨਾ। ਮੈਂ ਬੜਾ ਆਹ ਚੀਜ਼ਾਂ 'ਚ ਜੁੜ ਕੇ ਰਾਜ਼ੀ ਹਾਂ, ਆਪਣੇ ਕੰਮ 'ਚ ਲੈ ਕੇ ਆਉਣਾ, ਵੀ ਕਿਸੇ 'ਤੇ ਨਹੀਂ ਸੁੱਟਦਾ ਕਿ ਹਾਂ ਕੰਪਨੀ 'ਚ ਗਾਣਾ ਆ ਰਿਹਾ ਉਹ ਆਪੇ ਪੋਸਟਰ ਬਣਾ ਦੇਣਗੇ, ਆਪੇ ਪਾ ਦੇਣਗੇ। ਮੈਨੂੰ ਆਉਂਦਾ ਕਿ ਮੈਂ ਕੀ ਕ੍ਰੀਏਟਿਵ ਕਰ ਸਕਦਾ ਇਹਦੇ ਲਈ, ਕਿੱਥੋਂ ਕੈਪਚਰ ਕਰਦੇ ਹੋ, ਕਿੱਥੋਂ ਗੋਰਿਆਂ ਤੋਂ ਮੈਂ ਐਡਾ। ਅੱਛਾ, ਹਾਲੀਵੁੱਡ ਤੋਂ? ਓਏ, ਹਾਲੀਵੁੱਡ 'ਚ ਵੀ ਹੁਣ ਤੇ ਆਪਣੇ ਮੁੰਡੇ ਕਮਾਲ ਕਰ ਰਹੇ ਨੇ, ਬਹੁਤ ਵਧੀਆ। ਮੈਂ ਮੈਨੂੰ ਇਹ ਲੱਗਦਾ ਕਿ 10-20 ਸਾਲਾਂ ਨੂੰ ਜਿਵੇਂ ਬਾਲੀਵੁੱਡ ਹੁਣ ਆਪਾਂ ਨੂੰ ਸੁਣ ਰਿਹਾ, ਹੈ ਨਾ, ਵਧੀਆ ਆਪਾਂ ਨੂੰ ਪਸੰਦ ਕਰ ਰਿਹਾ, ਅਸੀਂ ਲੱਕੀ ਹਾਂ, ਅਸੀਂ ਸੀਰੀਅਸਲੀ ਲੱਕੀ ਹਾਂ। ਮਿਹਨਤੀ ਤਾਂ ਚੱਲ ਹਰ ਬੰਦੇ ਨੂੰ ਹੋਣਾ ਚਾਹੀਦਾ, ਸਟਰਗਲ ਸਾਰੇ ਹੁੰਦੇ ਆ, ਪਰ ਮੈਨੂੰ ਲੱਗਦਾ ਆਹ ਜਨਰੇਸ਼ਨ ਜਿਹੜੀ 14, 15, 16, 17, 18 'ਚ ਆ ਰਹੀ ਹੈ ਨਾ, ਬਹੁਤ ਲੱਕੀ ਆ, ਇਹਨਾਂ ਨੂੰ ਬਾਲੀਵੁੱਡ ਸੁਣੀ ਜਾਂਦਾ।
ਮਤਲਬ ਮੈਨੂੰ ਲੱਗਦਾ ਹੁਣ ਬਾਲੀਵੁੱਡ ਇਹ ਕੰਮ ਹੈ ਕਿ ਜੇ ਕੋਈ ਗਾਣਾ ਬਣਾਉਣਾ ਪਹਿਲਾਂ ਪੰਜਾਬੀ ਸੁਣੋ ਕੀ ਚੱਲਦਾ ਅੱਜ ਕੱਲ੍ਹ ਉੱਥੇ, ਹੈ ਨਾ। ਸੋ ਅਸੀਂ ਲੱਕੀ ਹਾਂ, ਸਾਨੂੰ ਬਾਲੀਵੁੱਡ ਸੁਣ ਰਿਹਾ। ਅੱਜ ਤੋਂ 15-20 ਸਾਲਾਂ ਬਾਅਦ ਤੁਸੀਂ ਮੇਰੀ ਗੱਲ ਯਾਦ ਰੱਖਿਓ, ਮੁੰਡਿਆਂ ਨੇ ਟਰਾਈ ਕਰਨਾ ਆਪਣੇ ਪੰਜਾਬੀਆਂ ਨੇ ਕਿ ਹਾਲੀਵੁੱਡ ਜਾਣਾ, ਜਾਣਗੇ ਵੀ, ਹੈ ਨਾ। ਟੈਲੈਂਟਡ ਕਈ ਹੈਗੇ ਨੇ, ਦੋ ਤਿੰਨ ਅੱਛਾ ਕੰਮ ਕਰ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ। ਮਿੱਕੀ ਬਹੁਤ ਘੈਂਟ ਕੰਮ ਕਰਦਾ, ਮਿੱਕੀ ਸਿੰਘ ਕ੍ਰਿਸ ਬਰਾਊਨ ਲੱਗਦਾ ਡਿੱਟੋ। ਮੇਰੀ ਇੱਕ ਵਾਰ ਗੱਲ ਵੀ ਹੋਈ ਸੀ, ਮੈਂ ਕਿਹਾ ਬ੍ਰੋ ਤੂੰ ਕ੍ਰਿਸ ਬਰਾਊਨ ਤੇਰੇ ਡਿੱਟੋ ਕੰਮ ਆ ਨਾ, ਇੰਨਾ ਵਧੀਆ ਗਾਉਣਾ ਆ, ਪਰਫਾਰਮੈਂਸ ਕਿੰਨੀ ਵਧੀਆ ਦਿੰਦਾ, ਬੈਟਰ ਬਹੁਤ ਵਧੀਆ ਕਰੀ ਜਾਂਦੇ ਆ। ਸੋਹਣੀ ਗੱਲ ਹੈ, ਫਿਲਮਾਂ ਤਾਂ ਨਹੀਂ ਲੇਕਿਨ ਹਾਲੀਵੁੱਡ ਨੂੰ ਜਾਣਗੇ ਮੈਮ ਪੱਕਾ। ਪੰਜਾਬੀ ਆਪਣੇ ਹੌਲੀ ਹੌਲੀ ਬਹੁਤ ਰਾਈਜ਼ ਕਰੀ ਜਾਂਦੇ ਆ, ਇਸੇ 'ਚ ਆਪਣੇ ਸਾਰਿਆਂ ਦੀ ਖੁਸ਼ੀ ਆ ਕਿ ਐਡੇ ਲੈਵਲ ਤੇ ਚਲੇ ਗਏ ਆਪਾਂ। ਯੈਸ। ਅੱਛਾ, ਗਾਣਿਆਂ ਦੀ ਆਪਾਂ ਜੇਕਰ ਗੱਲ ਕਰੀਏ, ਹੈ ਨਾ, ਗਿੱਪੀ ਦੇ ਗਾਣੇ ਥਾਰ ਤੋਂ ਬਿਨਾਂ, ਦਿਲਜੀਤ ਦੇ ਯਾਰ ਤੋਂ ਬਿਨਾਂ, ਤੇ ਮਨਿੰਦਰ ਦੇ ਗਾਣਿਆਂ ਨੂੰ ਕੌਣ, ਮਤਲਬ ਕਿਹੜੀ ਚੀਜ਼ ਹੈ ਜਿਹੜਾ ਬਿਲਕੁਲ ਵੱਖਰਾ ਬਣਾਉਂਦੀ ਹੈ? ਮੇਰੇ ਗਾਣੇ ਨੂੰ ਵੱਖਰਾ ਮੈਨੂੰ ਲੱਗਦਾ ਮੇਰੀ ਟੋਨ ਬਣਾਉਂਦੀ ਆ, ਟੋਨ ਬਣਾ ਦਿੰਦੀ ਆ, ਤੇ ਵੀਡੀਓ ਐਂਡ ਕੰਪੋਜੀਸ਼ਨ, ਸਾਰੀਆਂ ਚੀਜ਼ਾਂ ਮੈਮ ਆਪਣੇ ਆਪਣੇ ਥਾਂ ਤੇ ਮੈਟਰ ਕਰਦੀਆਂ। ਜ਼ਮਾਨਾ ਚੇਂਜ ਹੋਈ ਜਾਂਦਾ, ਉਵੇਂ ਉਵੇਂ ਅਸੀਂ ਚੇਂਜ ਹੋਈ ਜਾਣਾ, ਉਵੇਂ ਉਵੇਂ ਜਿਵੇਂ ਪਹਿਲਾਂ ਵੱਡੇ ਵੱਡੇ ਗਾਣੇ ਹੁੰਦੇ ਸੀ 5-5.5 ਮਿੰਟਾਂ ਦੇ, ਹੁਣ ਚੈਨਲਸ ਵੀ ਕਹਿ ਦਿੰਦੇ ਨੇ ਯਾਰ ਗਾਣਾ 3 ਮਿੰਟਾਂ ਦਾ ਬਹੁਤ ਆ, ਬਿਲਕੁਲ, ਹੈ ਨਾ। ਸੋ ਸਾਰੀਆਂ ਚੀਜ਼ਾਂ ਚੇਂਜ ਹੋਈ ਜਾਣੀਆਂ, ਉਵੇਂ ਉਵੇਂ ਆਪਣੇ ਆਪ ਨੂੰ ਚੇਂਜ ਕਰਨਾ ਪੈਂਦਾ, ਉਹਦੇ ਚੱਲੀ ਜਾਂਦਾ ਸਾਰਾ। ਹੁਣ ਆਪਾਂ ਗੱਲ ਨੂੰ ਥੋੜ੍ਹਾ ਜਿਹਾ ਚੇਂਜ ਕਰਕੇ ਤੁਹਾਡੇ ਰੀਸੈਂਟ ਸੌਂਗ ਦੇ ਵੱਲ ਆਉਂਦੇ ਹਾਂ। ਹਾਂਜੀ, ਰੀਸੈਂਟ ਸੌਂਗ ਮੇਰਾ ਆਇਆ ਜੀ ਸਖੀਆਂ, ਐਂਡ ਵਧੀਆ ਤੁਸੀਂ ਉਹਨੂੰ ਪਿਆਰ ਦੇ ਰਹੇ ਹੋ, ਥੈਂਕ ਯੂ ਸੋ ਮਚ ਸਾਰਿਆਂ ਦਾ। ਸੋ ਬੱਬੂ ਵੀਰੇ ਨੇ ਲਿਖਿਆ ਐਂਡ ਕੰਪੋਜ਼ ਤੁਹਾਡੇ ਆਪਣੇ ਮਨਿੰਦਰ ਨੇ ਕੀਤਾ, ਐਂਡ ਮਿਊਜ਼ਿਕ ਮਿਕਸਿੰਗ ਨੇ ਕੀਤਾ, ਵੀਡੀਓ ਰੋਬੀ ਭਾਜੀ ਨੇ ਕੀਤੀ ਹੈ, ਐਂਡ ਵਾਈਟ ਹਿੱਲ ਚੈਨਲ ਤੇ ਆ ਰਿਹਾ। ਸਖੀਆਂ ਤਾਂ ਵਾਧੂ ਪਿਆਰ ਦਿੰਦੀਆਂ ਹੋਣੀਆਂ, ਕਿੰਨੇ ਕੁ ਮੈਸੇਜਸ ਆਉਂਦੇ ਨੇ ਇੱਕ ਦਿਨ ਦੇ ਵਿੱਚ ਮਨਿੰਦਰ? ਸਭ ਦੇ ਆਉਂਦੇ ਜੀ, ਮੁੰਡਿਆਂ ਦੇ ਵੀ ਆਉਂਦੇ ਆ, ਕੁੜੀਆਂ ਦੇ ਵੀ ਆਉਂਦੇ ਆ। ਫੇਵਰਿਟ ਫੈਨ ਕੌਣ ਹੈ ਤੁਹਾਡੀ, ਜਿਸ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਜਿਹੜੀ ਐਕਚੁਅਲ ਦੇ ਵਿੱਚ ਮਤਲਬ ਬਲੇਸਡ ਹੈ? ਕਈ ਪੱਕੇ ਫੈਨ ਤੁਹਾਡੇ ਹੁੰਦੇ ਨੇ, ਮਤਲਬ ਮੇਰੀ ਨਿਗਾਹ 'ਚ ਨੇ, ਜੇ ਤੁਸੀਂ ਮੈਨੂੰ ਸੁਣਦੇ ਹੋ, ਹੈ ਨਾ, ਮੈਂ ਉਹਨਾਂ ਨੂੰ ਰਿਪਲਾਈ ਆਲਵੇਜ਼ ਕਰਦਾ, ਕਿਉਂਕਿ ਉਹ ਤੁਹਾਨੂੰ ਕਹਿ ਦਿੰਦੇ ਆ ਸੱਚ ਝੂਠ। ਕਈ ਹੁੰਦੇ ਆ ਨਾ ਪੱਕੇ ਫੈਨ, ਜਿਹੜੇ ਕੋਈ ਫੁੱਕੇ ਪੰਪ ਮਾਰਨੇ ਆਏ ਤੁਹਾਡੇ ਪੇਜ 'ਤੇ, ਉਹ ਤੁਹਾਨੂੰ ਕਹਿ ਦਿੰਦੇ ਆ ਵੀ ਬਾਈ ਅੱਜ ਕੱਲ੍ਹ ਤੇਰੀ ਆਹ ਗੱਲ ਗਲਤ ਲੱਗੀ, ਇਹਨੂੰ ਸੁਧਾਰ ਲਾ। ਸੋ ਵਧੀਆ ਗੱਲ ਆ, ਤੁਸੀਂ ਦੱਸਿਆ ਕਰੋ ਸਾਰੇ, ਕਿਉਂਕਿ ਜੇ ਮੈਨੂੰ ਲੱਗਦਾ ਕੋਈ ਵੀ ਆਰਟਿਸਟ ਬਣਦਾ ਵਰਲਡ 'ਚ, ਕਿਤੇ ਵੀ ਕੋਈ ਬਣਦਾ, ਉਹ ਲੋਕਾਂ ਕਰਕੇ ਹੀ ਬਣਦਾ। ਚਾਹੇ ਤੁਸੀਂ ਐਡ ਜਿੰਨੀ ਮਰਜ਼ੀ ਲਾ ਲਓ, ਚਾਹੇ ਜੋ ਮਰਜ਼ੀ ਕਰ ਲਓ, ਪਰ ਐਡ ਦੀ ਐਂਡ ਤੁਹਾਨੂੰ ਪਾਸ ਲੋਕਾਂ ਨੇ ਕਰਨਾ, ਇਹ ਤਾਂ ਗੱਲ ਤੁਹਾਡੇ ਗਾਣੇ ਨੂੰ ਕਿਵੇਂ ਆ। ਅੱਛਾ, ਕਿਉਂਕਿ ਤੁਸੀਂ ਕਹਿੰਦੇ ਵੀ ਤੁਸੀਂ ਸਿਰਫ ਇੱਕ ਰੀਜ਼ਨ ਹੈ ਕਿ ਤੁਹਾਡੇ ਗਾਣੇ ਬਹੁਤ ਘੱਟ ਆਉਂਦੇ ਨੇ ਜਾਂ ਦੇਰ ਬਾਅਦ ਆਉਂਦੇ ਨੇ, ਕਿਉਂਕਿ ਤੁਸੀਂ ਲੇਜ਼ੀ ਹੋ। ਹਾਂਜੀ, ਹੁਣ ਨਹੀਂ ਰਿਹਾ ਮੈਂ, ਤੇ ਨਹੀਂ ਰਹਿਣਾ, ਬਹੁਤ ਕੰਪੀਟੀਸ਼ਨ ਟਫ ਹੋ ਚੁੱਕਿਆ ਹੈ। ਵਾਈਟਲ ਨਾਲ ਮੈਂ ਕੰਮ ਕਰ ਰਿਹਾ, ਸੋ ਬੜੀ ਕੰਪਨੀ ਨੇ ਜ਼ੋਰ ਲਾਇਆ, ਅਗਲਾ ਗਾਣਾ ਰੈਡੀ ਬਣਿਆ ਪਿਆ, ਤੁਸੀਂ ਸੋਚੋ ਮੈਂ ਇਦਾਂ ਦਾ ਹੋ ਗਿਆ। ਦੱਸੋਗੇ? ਜਮੀਲਾ ਗਾਣੇ ਦਾ ਨਾਮ ਹੈ, ਜਮੀਲਾ, ਜਮੀਲਾ ਬੜਾ ਵੱਖਰਾ, ਬੜਾ ਯੂਨੀਕ ਨਾਮ ਹੈ ਨਾ, ਜਮੀਲਾ, ਸੋਹਣੀ ਕੁੜੀ ਨੂੰ ਕਹਿੰਦੇ ਆ ਜਮੀਲਾ। ਹੁਣ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਇਹ ਟੈਗ ਕਿਹਨੂੰ ਦੇਣਾ ਚਾਹੁੰਦੇ ਹੋ? ਹਜੇ ਉਹ ਟੈਗ ਜਿਹਨੂੰ ਦੇਣਾ, ਉਹ ਹਜੇ ਮਿਲੀ ਹੋਣੀ ਮੈਂ। ਲੇਕਿਨ ਤੁਸੀਂ ਹੁਣ ਪਹਿਲਾਂ ਸੋਚਦੇ ਸੀਗੇ ਨਾ, ਹੁਣ ਤੁਸੀਂ ਪੀਟੀਸੀ ਚ ਕਿਉਂਕਿ ਆ ਗਏ ਹੋ, ਤੇ ਹੁਣ ਤੁਸੀਂ ਬਾਰ ਬਾਰ ਆਉਣਾ। ਮੈਂ ਬਾਰ ਬਾਰ ਆਉਂਗਾ ਮੈਂ ਪੱਕਾ, ਹੁਣ ਤੁਸੀਂ ਆਉਂਗੇ ਬਾਰ ਬਾਰ। ਜਮੀਲੇ ਗਾਣੇ ਦੇ, ਜਮੀਲਾ ਗਾਣੇ ਲਈ, ਜਮੀਲਾ, 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 ਜਮੀਲਾ। ਓਕੇ, ਸੋ ਥੋੜੀ ਜੀ ਆਪਾਂ ਮਿਊਜ਼ੀਕਲ ਐਂਡਿੰਗ ਕਰਦੇ ਆ, ਬੜਾ ਮਜ਼ਾ ਆਇਆ। ਹਾਂਜੀ, ਕੋਈ ਗਾਣਾ ਸੁਣਾ ਵਧੀਆ ਜੀ। ਵਧੀਆ ਜਿਹਾ ਘੈਂਟ ਚੱਕ ਮਾਇਣ, ਕਦੇ ਉੱਠਨੀ ਆ, ਕਦੇ 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 ਬਹਿਨੀ ਆ, ਵੇ ਅੱਲਾ ਜਾਣੇ ਮਾਹੀ, ਵੇ ਤੇਰਾ ਪਿਆਰ ਕੀ ਏ, ਦਿਲ ਦੀ ਉਦਾਸੀ ਨਹੀਂ ਜਾਂਦੀ। ਕੋਈ ਉਦਾਸੀ ਤੁਹਾਡੇ ਦਿਲ 'ਚ ਤਾਂ ਨਹੀਂ ਹੈ ਨਾ? ਨਹੀਂ, ਇਹ ਮੇਰਾ ਫੇਵਰਿਟ ਗਾਣਾ, ਮੈਂ ਸੁਣਦਾ ਰਹਿੰਦਾ ਇਹਨੂੰ, ਮੈਂ ਤਾਂ ਗਾਇਆ। ਤੁਸੀਂ ਹੁਣ ਕਿਉਂਕਿ ਸੁਣਾਤਾ ਇੰਨੀ ਮਿੱਠੀ ਆਵਾਜ਼ 'ਚ, ਸਾਡਾ ਵੀ ਫੇਵਰਿਟ ਹੋ ਗਿਆ। ਥੈਂਕ ਯੂ ਜੀ, ਥੈਂਕ ਯੂ। ਲੇਕਿਨ ਦਿਲ 'ਚ ਉਦਾਸੀ ਆਉਣ ਨਹੀਂ ਦੇਣੀ, ਨਹੀਂ ਆਉਣ ਦੇਣੀ, ਖੁਸ਼ ਖੁਸ਼ ਰਹਿਣਾ ਹੈ, ਖੁਸ਼ ਖੁਸ਼ ਰਹਿਣਾ ਹੈ। ਮੇਰੀ ਔਰ ਪੀਟੀਸੀ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਆਲ ਦਾ ਵੈਰੀ ਬੈਸਟ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ। ਪੀਟੀਸੀ ਦੀ ਟੀਮ ਦਾ, ਪੀਟੀਸੀ ਦਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਇੰਨੇ ਸਾਲ ਬਾਅਦ ਆਇਆ ਤਾਂ ਵਧੀਆ ਲੱਗਿਆ, ਹੈ ਨਾ। ਸੋ ਪਹਿਲੀ ਵਾਰ ਆਇਆ, ਸੋ ਬਾਰ ਬਾਰ ਆਵਾਂਗੇ। ਥੈਂਕ ਯੂ ਸੋ ਮਚ ਜੀ ਤੁਹਾਡਾ ਸਾਰਿਆਂ ਦਾ। ਥੈਂਕ ਯੂ ਸੋ ਮਚ ਮਨਿੰਦਰ। ਥੈਂਕ ਯੂ ਜੀ।